श्री नानक अंगद गुरु अमरदास पद बंद रामदास अर्जन गुरु बाल श्री हरे राय हर कृष्ण गुरु तेग बहादुर चंद दसवें गोविंद सिंह गुरु चरण सुमह अमृत ज्ञान है मानक भगत बराग श्री गुरु ग्रंथ साहिब उदद बंदों श्री गुरु शब्द कमाए जन जीते तिन संतन को वंदना एकंकारा सतगुरु ते प्रसाद सच होए वाहे गुरु जी की फतेह एकंकारा सतगुरु ते प्रसाद सच होए वाहे गुरु जी की फतेह विघ्न विनाशन पदत पावन भगत वत्सल कृपा निदान जुगो जुग अटल प्रगट गुरां की देह प्रताख हर सतगुरु श्री गुरु ग्रंथ साहिब महाराज जी दी परम पवित्र सत संगत हजूरी दे अंदर नामे पातशाह गुरु तेग बहादुर साहिब महाराज जी दे पवित्र स्थान गुरुद्वारा श्री भोरा साहिब जी पातशाही नौवीं विखे पिछले पैर दे समय दे दीवाना च हाजरियां भर रहे दर्शन दीदारे सेवावां करके लाहा प्राप्त कर रहे गुरु प्यारी खालसा साध संगत जी वडभागे हो जो सुभाग समा गुरु जस सरवण करन दा प्राप्त होया है। चल रही लड़ीवार कथा दे विच आप जी ने कल साखी सरवण कीती शहीद बाबा गुरबख्श सिंह साहिब जी निहंग सिंह जिन्हां ने 30 सिंघां दे समेत अबदाली दी 30,000 आई फौज दे नाल श्री अकाल तख्त साहिब जी दे सामने जूझदियां होइआं अमृतसर साहिब सरोवर दी परिक्रमा दे विच शहीदियां प्राप्त कीतियां ने। बाबा गुरबख्श सिंह जी ते जिहड़े बाकी सिंह शहीद होए हन उन्हां नूं शहीद सिंह भाई मनी सिंह भाई तारू सिंह आदिक लैण वास्ते सचखंड विचों आए ते भाई रतन सिंह जी ने सानू समझाउण दे लई प्रकरण स्थूल वरत्या पर इह सारी खेड हुंदी है सूखम मंडल दी। सूखम मंडल दीआं बातां समझाउण दे लई विद्वान कई वारां स्थूल चीज़ दे राहीं समझाउंदे ने वी सोहणी पालकी आई घोड़े आए उन्हां उत्ते सवार हो के शहीद सिंह सचखंड पहुँचे ने। जिवें हुण गुरु गोबिंद सिंह महाराज दे अगे बाबा गुरबख्श सिंह जी अरदास करनगे वी इह अबदाली दा खहिड़ा छुट जाए पंथ नालों अबदाली जिहड़ा है इह बाद विच हिंदुस्तान भारत विच ना आवे अते जिवें महाराज साहिब जी दीआं बख्शिशां उन्हां दे शरीरां दी इधर मगर सिंघां वल्लों संभाल होई अते जिवें पंथ ने भरतपुरीए
ਜਵਾਹਰਮਲ ਦੀ ਮਦਦ ਕੀਤੀ ਜਾ ਕੇ ਦਿੱਲੀ ਦੇ ਵਿੱਚ ਇਹ ਸਾਖੀ ਆਪਾਂ ਸਰਵਣ ਕਰਾਂਗੇ। ਇਕਾਗਰਤਾ ਬਣਾਓ, ਸਾਰੀ ਸੰਗਤ ਆਪਣੀ ਕਲਿਆਣ ਵਾਸਤੇ ਸਰਬੱਤ ਦਾ ਭਲਾ ਮੰਗਦਿਆਂ ਹੋਇਆਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਹੱਥ ਜੋੜ ਠਾਂਡੋ ਪਾਇਓ, ਲਾਏ ਚਰਨ ਸੋ ਗੁਰ ਕੋ ਧਿਆਨ। ਸ੍ਰੀ ਮਿਸ਼ਨ ਸ਼ਹੀਦਾਂ ਤਰਨਾ ਦਲ ਦੇ ਦੂਜੇ ਜਥੇਦਾਰ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਜਦੋਂ ਸ਼ਹੀਦੀ ਪਾ ਕੇ ਸੱਚਖੰਡ ਵਿੱਚ ਗਏ ਨੇ ਅਤੇ ਧੰਨ ਗੁਰੂ ਕਲਗੀਧਰ ਮਹਾਰਾਜ ਸਾਹਿਬ ਜੀ ਉੱਥੇ ਆਪ ਬਿਰਾਜਮਾਨ ਹਨ ਅਤੇ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਖਲੋ ਗਏ ਮਹਾਰਾਜ ਦੇ ਅੱਗੇ ਜਾਂਦੇ ਸੱਚਖੰਡ 'ਚ ਸੂਖਮ ਰੂਪ ਦੇ ਵਿੱਚ ਸਾਰੀ ਖੇਡ ਵਰਤੇ। ਪਰ ਸਾਨੂੰ ਸਾਖੀ ਸਮਝ ਕਿੱਦਾਂ ਆਊਗੀ ਸਥੂਲ ਰੂਪ ਦੇ ਰਾਹੀਂ, ਵੀ ਜਿੱਦਾਂ ਆਪਾਂ ਹੱਥ ਜੋੜ ਕੇ ਖਲੋਨੇ ਸਾਡੀ ਦੇਹ ਹੱਥ ਜੋੜਦੇ ਆ, ਇੱਦਾਂ ਕਵੀ ਜੀ ਨੇ ਵਿਖਾਇਆ ਹੈ। ਕਹਿੰਦੇ ਦੋਵੇਂ ਹੱਥ ਜੋੜ ਕੇ ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਾਹਮਣੇ ਖਲੋ ਗਏ, ਸਤਿਗੁਰੂ ਪਾਤਸ਼ਾਹ ਦੇ ਚਰਨ ਕਮਲਾਂ ਦਾ ਧਿਆਨ ਧਾਰਿਆ। ਨਿਹੰਗ ਸਿੰਘ ਬਾਬਾ ਗੁਰਬਖਸ਼ ਸਿੰਘ ਜੀ ਕਹਿੰਦੇ ਹੇ ਗੁਰੂ ਕਲਗੀਧਰ ਮਹਾਰਾਜ, ਨੀਲੇ ਦੇ ਸਾਹ ਸਵਾਰ ਚਿੱਟਿਆਂ ਬਾਜਾਂ ਵਾਲੇ ਲਾਡਲੀਆਂ ਫੌਜਾਂ ਦੇ ਮਾਲਕ ਪੰਥ ਦੇ ਵਾਲੀ ਸਤਿਗੁਰੂ, ਤੁਹਾਨੂੰ ਮੈਂ ਦੱਸਾਂ ਬੋਲ ਕੇ ਕੀ ਤੁਸੀਂ ਆਪ ਹੀ ਜਾਣੀ ਜਾਣੋ, ਪਰ ਫਿਰ ਵੀ ਜੋ ਸੇਵਕ ਹੈ ਉਹਨੂੰ ਚਾਹੀਦਾ ਵੀ ਅਰਦਾਸ ਕਰੇ, ਬੇਨਤੀ ਕਰੇ, ਇਸ ਲਈ ਮੈਂ ਅਰਦਾਸ ਕਰਦਾ ਹਾਂ। ਬਾਬਾ ਗੁਰਬਖਸ਼ ਸਿੰਘ ਜੀ ਕਹਿੰਦੇ ਪਾਤਸ਼ਾਹ ਜੋ ਆਪ ਹਜ਼ੂਰ ਸਤਿਗੁਰੂ ਜੀ ਆਪ ਜੀ ਨੇ ਖਾਲਸਾ ਪੰਥ ਸਾਜਿਆ ਏ, ਆਪ ਦੇ ਚਰਨਾਂ 'ਚ ਬੇਨਤੀ ਹੋਣ ਤੀਕਰ ਮਹਾਰਾਜ ਪੰਥ ਨੇ ਬੜੀ ਘਾਲਣਾ ਘਾਲੀ ਹੈ, ਬੜੀਆਂ ਸ਼ਹੀਦੀਆਂ ਦਿੱਤੀਆਂ ਨੇ, ਬੜੀਆਂ ਮੁਸੀਬਤਾਂ ਸਿਰ 'ਤੇ ਚੱਲ ਰਹੀਆਂ ਹਨ ਤੇ ਹੁਣ ਅਰਦਾਸ ਇਹ ਹੈ ਵੀ ਜਿਹੜਾ ਤੁਸੀਂ ਕਾਬਲ ਤੋਂ ਕੁੱਤਾ ਮੰਗਵਾਇਆ ਏ ਭਾਵ ਅਬਦਾਲੀ, ਕਿਉਂਕਿ ਜਦੋਂ ਭਾਈ ਦਇਆ ਸਿੰਘ ਜੀ ਨੇ ਕਿਹਾ ਸੀ ਨਾ ਸਰੀਰ ਵਿੱਚ ਹਾਜ਼ਰ ਹੁੰਦੇ ਆ ਵੀ ਮਹਾਰਾਜ ਤੁਸੀਂ ਕਹਿੰਦੇ ਹੋ ਵੀ ਰਾਜ ਤੁਹਾਡਾ ਖਾਲਸੇ ਦਾ ਹੋਊਗਾ, ਇਹ ਮੁਗਲ ਹੈ ਬਹੁਤ ਮਹਾਰਾਜ, ਕਿਵੇਂ ਅਸੀਂ ਇਹਨਾਂ ਨੂੰ ਖਤਮ ਕਰਾਂਗੇ, ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਉਦੋਂ ਕਿਹਾ ਸੀ ਕਾਬਲ 'ਤੇ ਕੁੱਤਾ ਮੰਗਵਾਓ ਉਨ 'ਤੇ ਇਨਕਾ ਨਾਸ਼ ਕਰਾਂ, ਵੀ ਮੈਂ ਇੱਕ ਕਾਬਲ ਤੋਂ ਕੁੱਤਾ ਮੰਗਾਊਂਗਾ। ਅਬਦਾਲੀ ਵਾਲੇ ਇਸ਼ਾਰਾ ਸੀ ਨਾਦਰ ਵੱਲ ਵੀ ਉਹਨਾਂ ਪਠਾਣਾਂ ਕੋ ਇਹਨਾਂ ਮੁਗਲਾਂ ਦਾ ਨਾਸ਼ ਕਰਾਂ, ਅਤੇ ਜਦੋਂ ਅਬਦਾਲੀ ਚੜ੍ਹ ਕੇ ਆਉਂਦਾ ਸੀ ਨੁਕਸਾਨ ਤਾਂ ਸਿੰਘਾਂ ਦਾ ਵੀ ਹੁੰਦਾ ਸੀ ਉਦੋਂ, ਪਰ ਖਾਲਸੇ ਦਾ ਫਾਇਦਾ ਵੀ ਬਹੁਤ ਕਰ ਜਾਂਦਾ ਕਿਉਂਕਿ ਉਹ ਮੁਗਲਾਂ ਨੂੰ ਕਮਜ਼ੋਰ ਕਰਕੇ ਲੁੱਟ ਕੇ ਲੈ ਜਾਂਦਾ, ਅਤੇ ਜਿਹੜੀ ਦੌਲਤ ਮੁਗਲਾਂ ਦੇ ਖਜ਼ਾਨੇ ਆ ਜੋ ਨਹੀਂ ਸੀ ਬਾਹਰ ਨਿਕਲਦੀ ਉਹ ਅਬਦਾਲੀ ਲੈ ਕੇ ਆਉਂਦਾ, ਅਤੇ ਸਿੰਘ ਵੀ ਉਹਦੇ ਵਿੱਚੋਂ ਹਿੱਸਾ ਵਡਾ ਲੈਂਦੇ, ਅਟਕ ਤੀਕਰ ਮਾਰ ਮਾਰ ਛਾਪੇ। ਸਿੰਘਾਂ ਨੂੰ ਫਾਇਦਾ ਵੀ ਬੜਾ ਹੋਇਆ ਪਰ ਅਬਦਾਲੀ ਦੇ ਆਉਣ ਕਰਕੇ ਨੁਕਸਾਨ ਵੀ ਬਹੁਤ ਹੋਇਆ, ਜਿਸ ਕਰਕੇ ਬਾਬਾ ਗੁਰਬਖਸ਼ ਸਿੰਘ ਜੀ ਕਹਿੰਦੇ ਮਹਾਰਾਜ ਜਿਹੜਾ ਕਾਬਲ ਤੋਂ ਤੁਸੀਂ ਕੁੱਤਾ ਮੰਗਾਇਆ ਸੀ, ਜਿਹੜਾ ਵਚਨ ਕਿਹਾ ਸੀ ਵੀ ਅਬਦਾਲੀ ਆਵੇਗਾ ਇਹਨਾਂ ਮੁਗਲਾਂ ਨੂੰ ਮਾਰਨ ਦੇ ਲਏ, ਹੁਣ ਮਹਾਰਾਜ ਇਹਨੂੰ ਇਹਦੇ ਬੰਦੇ ਦੀ ਫੌਜ ਦੇ ਸਵੇਤ ਗਾਲ ਦੇਣਾ ਚਾਹੀਦਾ ਹੈ, ਹੁਣ ਖਾਲਸੇ ਦਾ ਪ੍ਰਤਾਪ ਕਰੋ, ਮੁਗਲਾਂ ਦਾ ਵੀ ਨਾਸ਼ ਹੋ ਗਿਆ ਲਗਭਗ ਅਤੇ ਇਹ ਅਬਦਾਲੀ ਵੀ ਖਤਮ ਹੋਵੇ। ਮਹਾਰਾਜ ਇਸ ਅਬਦਾਲੀ ਨੇ ਖਾਲਸੇ ਨੂੰ ਬੜੇ ਦੁੱਖ ਦਿੱਤੇ ਹਨ, ਕਿਉਂਕਿ ਸ਼ਹੀਦੀ ਬਾਬਾ ਗੁਰਬਖਸ਼ ਸਿੰਘ ਜੀ ਨੇ ਪੁਕਾਰ ਕਰਨ ਵਾਸਤੇ ਦਿੱਤੀ ਸੀ ਨਾ, ਇਹ ਅਕਾਲ ਤਖ਼ਤ 'ਤੇ ਗਿਆ ਸੀ ਵੀ ਆਪਾਂ ਗੁਰੂ ਦੇ ਅੱਗੇ ਪੁਕਾਰ ਕਰਨੀ ਹੈ, ਸ਼ਹੀਦ ਹੋ ਕੇ ਉੱਥੇ ਚੱਲੀਏ, ਹੁਣ ਪੁਕਾਰ ਇਹ ਕੀਤੀ ਹੈ ਮਹਾਰਾਜ ਖਾਲਸੇ ਨੂੰ ਇਹਨੇ ਬਹੁਤ ਮੁਸ਼ਕਲਾਂ ਦੇ ਵਿੱਚ ਪਾਈ ਰੱਖਿਆ, ਇਸ ਵਾਰੀ ਦੇ ਅਬਦਾਲੀ ਆ ਗਿਆ ਸੋ ਆ ਗਿਆ, ਤੁਹਾਡੀ ਕਿਰਪਾ ਨਾਲ ਸਾਡੀਆਂ ਸ਼ਹੀਦੀਆਂ ਹੋ ਗਈਆਂ, ਪਰ ਅੱਗੇ ਤੋਂ ਐਸੀ ਖੇਡ ਵਰਤਾਓ ਵੀ ਅਬਦਾਲੀ ਇਸ ਦੇਸ਼ ਵਿੱਚ ਨਾ ਆਵੇ। ਮਹਾਰਾਜ ਤੇਰਾ ਜਿਹੜਾ ਖਾਲਸਾ ਇਹਨੂੰ ਤੂੰ ਆਪ ਤਗੜਾ ਕਰਕੇ ਅਬਦਾਲੀ ਨਾਲ ਲੜਵਾ ਦੇ ਤੇ ਇਹਨੂੰ ਭਜਾ ਦੇ ਇੱਥੋਂ, ਇਹ ਗੁਰੂ ਖਾਲਸੇ ਪੰਥ ਦੇ ਕੋਲੋਂ ਹੀ ਸਾਰੇ ਦੁਸ਼ਟ ਮਰਵਾਓ, ਮਹਾਰਾਜ ਹੁਣ ਕਿਸੇ ਹੋਰ ਦੀ ਲੋੜ ਨਹੀਂ ਮਦਦ ਦੀ, ਹੁਣ ਖਾਲਸੇ ਦੇ ਕੋਲੋਂ ਹੀ ਇਹ ਵੈਰੀਆਂ ਨੂੰ ਸੋਧਾ ਲਵਾਓ, ਸ਼ਕਤੀ ਤੁਸੀਂ ਬਖਸ਼ਣੀ ਹੈ, ਕੰਮ ਤੁਹਾਡੇ ਖਾਲਸੇ ਨੇ ਆਪੇ ਕਰ
देना पंजाब दौड़त जाही ते सिंह खाए क्योंकि जेड़ा महाराज पंजाब है जेड़ी पंजाब दी धरती पंजाब दी दौलत है बाहरों आके लुट के लै जांदे ने इत्थों दे रहण वाले तुहाडे महाराज सिंह ही पंजाब दी दौलत खाण हुण ये कृपा कर दिओ कोई दखण तो चढ़ के मरटे आउंदे ओह लुट के लै जांदे सी कदी पछम तो चढ़ के ये नादर अबदाली आया ये लुट के लै जांदे महाराज हुण इदां ना होवे पंजाब दा जिहड़ा मामला है वह तेरे खालसे दे हाथ आवे जदों भाई बाबा गुरबख्श सिंह जी शहीद ने हक सिंह ने अरदास कीते ते बाबा जी दा वचन सुन के कलगीधर महाराज बहुत ही खुश होए भी जे कुछ मंगया भी ते पंथ वास्ते मंगया अपने वास्ते नहीं कुछ मंगया महाराज ने भी तथास्तु कहता सत वचन कहता भी जिदा तेरी गुरसिखा भावना है इस तरह ही होगा अबदाली हुण आ गया सो आ गया फिर नहीं आवेगा हुण ते भाई रतन सिंह जी कहिंदे जिहड़े साल दे विच बाबा गुरबख्श सिंह जी ने अरदास कीती महाराज दे अगे जा के शहीदी पा के ये अहमद शाह अबदाली उस साल ही कहिंदे जहन्नम नूं गया नरकां नूं गया मर के सरबत खालसे नूं बड़ी खुशी होई जिहड़े शहीद सिंह उत्थे सन जदों महाराज दा वचन होया भी सतगुरु ने कहता भी हुण अबदाली आ गया फिर नहीं आवेगा सिर सरबत खालसे ने बड़ी खुशी मनाई सी जो अबदाली मरिया से कहिंदे भी उधर सचखंड च वरतारा इदां वरतिया जांदा ही बाबा गुरबख्श सिंह जी ने अरदास कीती इधर हुण कहिंदे भी जिहड़ी पिछली गल है ना भी जिवें जिहड़े सिंह शहीद हो गए अकाल तख्त साहिब दे सामने उन्हां दे शरीर किवें संभाले हुण ओह कथा सुणो ਜਿਹੜੇ ਗਿਰਜੇ ਆਏ ਸੀ ਨਾ ਕਹਿੰਦੇ ਜਿਵੇਂ ਉਹ ਸਿੰਘਾਂ ਨੂੰ ਸ਼ਹੀਦ ਕਰਕੇ 30,000 ਫੌਜ 30 ਸਿੰਘਾਂ ਨੂੰ ਸ਼ਹੀਦ ਕਰਕੇ ਜਿਵੇਂ ਵਾਪਸ ਮੁੜੀ ਉਹ ਸੁਣੋ ਕਥਾ ਭੰਗੀਆਂ ਵਾਲੀ ਮਿਸਲ ਦਾ ਕਿਲ੍ਹਾ ਸੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਤੇ ਜਦੋਂ ਇਹ ਜੰਗ ਦੀ ਸਮਾਪਤੀ ਹੋ ਗਈ ਰਾਤ ਨੂੰ ਤੇ ਗਿਲਜੇ ਪਠਾਣਾ ਨੇ ਰਾਤ ਦੇ ਸਮੇਂ ਡੇਰਾ ਹਰੀ ਸਿੰਘ ਭੰਗੀ ਦੇ ਕਿਲੇ ਦੇ ਨੇੜੇ ਕੀਤਾ ਹੁਣ ਕਈ ਸਿੰਘ ਜਿਹੜੇ ਕੋਈ ਖੱਡਾਂ ਦੇ ਵਿੱਚ ਕੋਈ ਟੋਇਆਂ 'ਚ ਜੰਗਲਾਂ ਬੇਲਿਆਂ 'ਚ ਰਹਿੰਦੇ ਸੀ ਉਹਨਾਂ ਨੂੰ ਪਤਾ ਲੱਗਾ ਵੀ ਅੱਜ ਜੰਗ ਹੋਇਆ ਹੈ ਅੰਮ੍ਰਿਤਸਰ ਸਾਹਿਬ ਅਤੇ ਉੱਥੇ ਸਿੰਘਾਂ ਦੀਆਂ ਦੇ ਸ਼ਹੀਦੀਆਂ ਹੋਈਆਂ ਨੇ ਇਹ ਪਤਾ ਕਰਨ ਦੇ ਲਈ ਜਿਹੜੇ ਸਿੰਘ ਦੇ ਲੁਗੇ ਛਿਪੇ ਸੀ ਉੱਥੋਂ ਨਿਕਲੇ ਅਤੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਆ ਗਏ ਸਿੰਘਾਂ ਨੂੰ ਪਤਾ ਲੱਗਾ ਵੀ ਸਿੰਘ ਸ਼ਹੀਦ ਹੋ ਗਏ ਨੇ ਬਾਬਾ ਗੁਰਬਖਸ਼ ਸਿੰਘ ਜੀ ਵੀ ਅਤੇ ਖਾਲਸੇ ਨੇ ਚਾਹਿਆ ਵੀ ਬਦਲਾ ਲੈਣਾ ਚਾਹੀਦਾ ਉਦੋਂ ਗਿਰਜੇ ਜਿਹੜੇ ਸੀ ਮੂਧੇ ਹੋ ਕੇ ਥੱਕ ਟੁੱਟ ਕੇ ਸੁੱਤੇ ਹੋਏ ਸਨ ਅਤੇ ਜਦੋਂ ਗਿਰਜੇ ਥੱਕ ਟੁੱਟ ਕੇ ਸੁੱਤੇ ਕੁਝ ਲਾਹਣ ਨਾ ਲੇੜੇ ਕੁਝ ਉੱਦਾਂ ਜੰਗ ਕਰਕੇ ਥੱਕੇ ਸਨ ਜਿਹੜੇ ਸਿੰਘ ਨਿਕਲ ਕੇ ਆਏ ਸੀ ਖੱਡਾਂ ਦੇ ਵਿੱਚੋਂ ਘੁਰਨਿਆਂ 'ਚੋਂ ਜੰਗ ਦੇ ਵਿੱਚ ਜੰਗਲਾਂ ਦੇ ਵਿੱਚੋਂ ਬੇਲਿਆਂ 'ਚੋਂ ਕਹਿੰਦੇ ਵੀ ਜਦੋਂ ਉਹ ਰਾਤ ਦੇ ਸਮੇਂ ਆਏ ਕਿਉਂਕਿ ਰਾਤ ਨੂੰ ਤਾਂ ਖਾਲਸੇ ਦਾ ਦਿਨ ਚੜ੍ਹ ਜਾਂਦਾ ਅਤੇ ਗਿਲਜੇ ਸੌਂ ਗਏ ਇਹਨਾਂ ਆਉਂਦਿਆਂ ਪਹਿਲਾਂ ਪਠਾਣਾਂ ਦੇ ਘੋੜੇ ਖੋਲ੍ਹ ਲਏ ਕਿਉਂਕਿ ਜੇ ਘੋੜੇ ਖੋਲ੍ਹ ਲਏ ਤਾਂ ਫਿਰ ਪਠਾਣ ਕਾਹਤੇ ਚੜ੍ਹ ਕੇ ਭੱਜਣਗੇ ਅਤੇ ਫਿਰ ਸੁੱਤੇ ਸੀ ਗਿਲਜੇ ਖਾਲਸੇ ਨੂੰ ਬੜਾ ਗੁੱਸਾ ਅਤੇ ਸੁੱਤੇ ਪਏ ਗਿਲਜਿਆਂ ਨੂੰ ਮਾਰ ਕੇ ਸਿੰਘਾਂ ਨੇ ਬੜਾ ਕਹਿੰਦੇ ਬਦਲਾ ਲਿਆ ਗਿਲਜਿਆਂ ਨੂੰ ਸੁੱਤੇ ਸੀ ਉਹਨਾਂ ਨੂੰ ਹਿਲਾਉਂਦੇ ਹੈ ਹਿਲਾਉਂਦੇ ਆ ਤੇ ਉਹ ਸ੍ਰੀ ਜੀ ਤਾਂ ਚੁੱਕਦਾ ਹੈ ਜਗਾ ਕੇ ਤੇ ਨਾਲ ਹੀ ਉਹਦਾ ਸਿਰ ਵੜ ਦਿੰਦੇ ਹਨ ਗਿਲਜੇ ਜਿਹੜੇ ਅੰਮ੍ਰਿਤਸਰ ਦੇ ਵਿੱਚ ਪਠਾਣ ਉਸ ਰਾਤ ਰਹੇ ਸਿੰਘਾਂ ਨੇ ਸਾਰੀ ਰਾਤ ਇਹਨਾਂ ਨੂੰ ਸੌਣ ਹੀ ਨਹੀਂ ਦਿੱਤਾ ਕਦੀ ਆਏ ਛਾਪਾ ਮਾਰ ਯੁੱਧ ਕਰਕੇ ਫਿਰ ਭੱਜ ਕੇ ਫਿਰ ਆਏ ਜਦੋਂ ਸਾਰੀ ਰਾਤ ਦਾ ਸਮਾਂ ਗਿਲਜੇ ਸੁੱਤੇ ਹੀ ਨਾ ਬੜੇ ਦੁਖੀ ਹੋ ਗਏ ਉਹਨਾਂ ਨੇ ਕਹਿੰਦੇ ਵੀ ਸਵੇਰ ਥੋੜ੍ਹਾ ਜਿਹਾ ਦਿਨ ਹੋਣ ਦਾ ਸਮਾਂ ਨੇੜੇ ਆਇਆ ਸ਼ੁਕਰ ਮਨਾਇਆ ਅੱਲਾਹ ਦਾ ਵੀ ਸਾਰੀ ਰਾਤ ਸਿੰਘਾਂ ਨੇ ਸਾਡਾ ਨੁਕਸਾਨ ਕੀਤਾ ਘੋੜੇ ਖੋਲ੍ਹ ਕੇ ਲੈ ਗਏ ਸਵੇਰ ਹੁੰਦਿਆਂ ਸਾਰ ਅੰਮ੍ਰਿਤਸਰ ਤੋਂ ਇਹਨਾਂ ਕੂਚ ਕਰ ਦਿੱਤਾ ਅਹਿਮਦ ਸ਼ਾਹ ਅਬਦਾਲੀ ਜੰਡਿਆਲੇ ਬੈਠਾ ਸੀ ਆ ਕੇ 30-40,000 ਫੌਜ ਉੱਥੇ ਲੈ ਕੇ ਬੈਠਾ ਸੀ 30,000 ਫੌਜ ਇੱਧਰ ਸਿੰਘਾਂ ਵੱਲ ਘੱਲੇ ਸੀ ਅਤੇ ਜਦੋਂ ਖਾਲਸੇ ਦੇ ਨਾਲ ਯੁੱਧ ਦੇ ਵਿੱਚ 30 ਸਿੰਘ ਸ਼ਹੀਦ ਹੋ ਗਏ
अबदाली ना लड़दे हैं खालसे दे ते राज नू सुतिया नू जिहड़े बाकी सिंह सी उहना पठाणा नू बहुता सताया दे मारिया गिलजे सवेर होंदे जंडियाले जा पहुंचे हुण कहिंदे वी इहदे रात दी गल है वी दिने बाबा गुरबख्श सिंह जी लड़दे रहे रात नू सिंह जंगल वेलिया चों जिहड़े निकले उह लड़दे रहे ते पठाणा नू बड़ा दुखी कीता हुण उह तों बाद जदों सिंघां ने शरीर संभाले उह गल सुणो सिंघां ने जिवें शरीर शहीदां दे इकट्ठे करके उन्हां दे अंगीठे बना के संस्कार कीता जिवें अकाल तख्त साहिब जी दे पिछले पासे कहिंदे वी जदों रात पै गई ते गिरजे अमृतसर साहिब तों हट के बार बार पछां चले गए सन सिंघ खबर लैण वास्ते आए भी जाके वेखीए भी अमृतसर दे जंग विच की होया ते किन्ने सिंघ शहीद होए ने आगे वेखिया भी जिन्ने भी शरीर पए ने भावे सिंघां दे भावे गिरजिया दे किसे दा साह नहीं चल रहा रात दा समां सी अपने बगाने दी पहला समझ ना आवे क्योंकि जे एक सिंघ है ते उहदे लागे पंज पंज पठान मरे पए ने ते पहला समझ ना आई पर खालसे दी जिहड़ी वखरी पछाण सी ना ਉਹ ਵੱਖਰੀ ਪਛਾਣ ਦੀ ਫਿਰ ਨਿਸ਼ਾਨੀ ਬਣਾ ਕੇ ਚਿਹਰੇ ਟੋਹ ਟੋਹ ਕੇ ਵੀ ਲੰਮੇ ਦਾੜੇ ਉੱਚੇ ਦਮਾਲੇ ਦੇ ਸ਼ਸਤਰ ਸਜੇ ਉਹ ਨਿਸ਼ਾਨੀਆਂ ਲਾ ਲਾ ਕੇ ਸਿੰਘਾਂ ਦੇ ਸਰੀਰ ਵੱਖਰੇ ਕੱਢ ਲਏ ਇੱਕ ਪਾਸੇ ਸਿੰਘਾਂ ਨੇ ਮਿਲ ਕੇ ਇੱਦਾਂ ਗੁਰਮਤਾ ਕੀਤਾ ਵੀ ਇਕੱਲੇ ਇਕੱਲੇ ਸਿੰਘ ਦਾ ਅੰਗੀਠਾ ਨਾ ਬਣਾਈਏ ਸਾਰੇ ਸਿੰਘਾਂ ਦਾ ਸੰਸਕਾਰ ਇੱਕ ਥਾਂ ਕਰ ਦਈਏ ਏਦਾਂ ਹੀ ਕੀਤਾ ਰਾਤ ਉਦਮ ਕੀਤਾ ਜੰਗਲ ਦੇ ਵਿੱਚੋਂ ਲੱਕੜਾਂ ਲਿਆ ਲਿਆ ਕੇ ਇੱਕ ਵੱਡਾ ਸਾਰਾ ਅੰਗੀਠਾ ਤਿਆਰ ਕਰ ਲਿਆ ਚਿਖਾ ਤਿਆਰ ਕਰ ਲਏ ਬਹੁਤੀਆਂ ਲੱਕੜਾਂ ਸਿੰਘ ਚੁੱਕ ਚੁੱਕ ਕੇ ਲਿਆਉਂਦੇ ਰਹੇ ਤੇ ਰਾਮਸਰ ਸਾਹਿਬ ਵਾਲੇ ਪਾਸੇ ਵੀ ਜੰਗਲ ਹੀ ਹੁੰਦਾ ਸੀ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਪਿਛਲੇ ਪਾਸੇ ਹੁਣ ਜਦੋਂ ਜਾਓ ਜਿੱਥੇ ਬੁੰਗਾ ਹੈ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਦਾ ਅਕਾਲ ਤਖ਼ਤ ਸਾਹਿਬ ਜੀ ਦੇ ਬਿਲਕੁਲ ਪਿਛਲੇ ਪਾਸੇ ਇਹਦਾ ਕਹਿੰਦੇ ਵੀ ਅਕਾਲ ਤਖ਼ਤ ਸਾਹਿਬ ਜੀ ਦੇ ਬਿਲਕੁਲ ਪਿਛਲੇ ਪਾਸੇ ਜਗ੍ਹਾ ਨਿਸ਼ਚਿਤ ਕੀਤੀ ਬਹੁਤ ਵੱਡਾ ਅੰਗੀਠਾ ਚੁਣਿਆ ਅਤੇ ਇੱਕ ਚਿਖਾ ਦੇ ਉੱਤੇ ਹੀ ਸਾਰੇ 30 ਸਿੰਘਾਂ ਦੇ ਸਰੀਰ ਲੱਭ ਕੇ ਉਹਦੇ ਉੱਤੇ ਟਿਕਾ ਕੇ ਅਰਦਾਸ ਕਰਕੇ ਮਹਾਰਾਜ ਜੀ ਦੇ ਅੱਗੇ ਅਤੇ ਅਗਨ ਭੇਟ ਕਰਤਾ ਅੰਗੀਠੇ ਨੂੰ ਅੱਗ ਲਾ ਦਿੱਤੇ ਜਦੋਂ ਅੰਗੀਠੇ ਨੂੰ ਅਗਨ ਭੇਟ ਕੀਤਾ ਅਤੇ ਨਾਲ ਹੀ ਸਿੰਘਾਂ ਜਪਜੀ ਸਾਹਿਬ ਦਾ ਪਾਠ ਆਰੰਭ ਕਰਤਾ ਜਪਜੀ ਸਾਹਿਬ ਦਾ ਪਾਠ ਸੰਪੂਰਨ ਹੋਇਆ ਫਿਰ ਕੀਰਤਨ ਸੋਹਲੇ ਦਾ ਪਾਠ ਕੀਤਾ ਕੀਰਤਨ ਸੋਹਲੇ ਦਾ ਪਾਠ ਕਰਕੇ ਅਤੇ ਇਸ ਤੋਂ ਬਾਅਦ ਫਿਰ ਸਾਧ ਸੰਗਤ ਆਨੰਦ ਸਾਹਿਬ ਜੀ ਦਾ ਪਾਠ ਅਲਾਣੀਆਂ ਦੇ ਪਾਠ ਕੀਤੇ ਅਤੇ ਕੜਾਹ ਪ੍ਰਸ਼ਾਦ ਦੀ ਦੇਗ ਬਣੀ ਸੀ ਅਰਦਾਸ ਕੀਤੀ ਹੈ ਅਰਦਾਸ ਕਰਕੇ ਕੜਾਹ ਪ੍ਰਸ਼ਾਦ ਦੀ ਦੇਗ ਸਿੰਘਾਂ ਨੇ ਵਰਤਾਈ ਆ ਸ਼ਹੀਦਾਂ ਨੂੰ ਨਮਸਕਾਰ ਕੀਤੀ ਜਦੋਂ ਸਰੀਰ ਅਗਨ ਭੇਟ ਹੋ ਗਏ ਅਤੇ ਉਹਨਾਂ ਸ਼ਹੀਦਾਂ ਸਿੰਘਾਂ ਦੇ ਕਹਿੰਦੇ ਸਰੀਰ ਤੱਤਾਂ ਦੇ ਵਿੱਚ ਮਿਲ ਗਏ ਪੰਜ ਤੱਤਾਂ ਦੇ ਵਿੱਚ ਪੰਜ ਤੱਤ ਸਥੂਲ ਦੇਹੀ ਦੇ ਮਿਲ ਗਏ ਸਥੂਲ ਸਰੀਰ ਤਿਆਗ ਕੇ ਅਤੇ ਸੂਖਸ਼ਮ ਸਰੀਰ ਜਿਹੜਾ ਹੈ ਉਹ ਸਰੀਰ ਸਿੰਘਾਂ ਸ਼ਹੀਦਾਂ ਨੇ ਧਾਰਨ ਕਰ ਲਿਆ ਜਿਸ ਸੂਖਸ਼ਮ ਸਰੀਰ ਦੇ ਰਾਹੀਂ ਸੱਚਖੰਡ ਦੇ ਵਿੱਚ ਗਏ ਜਾਂ ਕਹਿ ਲਓ ਵੀ ਸਾਰੇ ਸ਼ਹੀਦਾਂ ਨੇ ਇੱਕ ਬਾਬੇ ਗੁਰਬਖਸ਼ ਸਿੰਘ ਦੇ ਸਰੂਪ ਦੇ ਵਿੱਚ ਹੀ ਏਕਤਾ ਕਰ ਲਈ ਹੋਵੇ ਬਾਬਾ ਗੁਰਬਖਸ਼ ਸਿੰਘ ਦੇ ਸਰੂਪ ਦੇ ਵਿੱਚ ਹੀ ਸਾਰੇ ਲੀਨ ਹੋ ਗਏ ਆ ਕੇ ਅਤੇ ਜਿੱਥੇ ਸੱਚਖੰਡ ਦੇ ਸ਼ਹੀਦਾਂ ਸਿੰਘਾਂ ਦਾ ਡੇਰਾ ਜਿੱਥੇ ਬਾਬਾ ਜ਼ੋਰਾਵਰ ਬਾਬਾ ਫਤਿਹ ਸਿੰਘ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਦਾ ਡੇਰਾ ਉਹਨਾਂ ਸ਼ਹੀਦਾਂ ਸਿੰਘਾਂ ਦੇ ਵਿੱਚ ਜਾ ਕੇ ਰਲ ਗਏ ਅਤੇ ਸਾਧ ਸੰਗਤ ਸਾਰਾ ਹੀ ਪੰਥ ਧੰਨ ਹੈ ਬਾਬਾ ਗੁਰਬਖਸ਼ ਸਿੰਘ ਜੀ ਧੰਨ ਹਨ ਗੁਰੂ ਕੇ ਸ਼ਹੀਦ ਸਿੰਘ ਏਦਾਂ ਬਾਬਾ ਜੀ ਦੀ ਜੈ ਜੈਕਾਰ ਕਰਦੇ ਹਨ
सारे सिंह नाले अंगीठा संभाल रहे ने ते नाले कहिंदे धन है भी इन्हां सिंघां दी माई धन है इन्हां दा पिता जिन्हें शहीदां नूं जन्म दिता संस्कार जो हो गया उस तों बाद सिंघां ने शहीद गंज बनाया अस्थान कायम कीता ते जिहड़ा शहीद गंज सिंघां दा जिहदे उत्ते अज भी जाओ ते लिखिया हुंदा है भी बाबा गुरबख्श सिंह जी निहंग सिंह जी शहीद ते गुरुद्वारे दा नाम है शहीद गंज भाई रतन सिंह जी कहिंदे ओह स्थान एडा पवित्र है उत्थे जाके जे कोई भी मंग लवे ना जाके सुखना सुख लवे कहिंदे ओही वर प्राप्त हुंदा क्योंकि भाई रतन सिंह जी जिहड़ा ग्रंथ लिखिया ना ये अकाल तख्त साहब दे लागे ही बाबे साम सिंह दा एक बुंगा हुंदा सी उहदे विच बह के लिखिया सारा ग्रंथ ते अकाल तख्त साहब दे क्योंकि पुराने सिंह उदों हुंदे सी उहनां नूं भी पुछ लिखदे सन ते जिस करके कहिंदे भी उह जिहड़ा बाबा गुरबख्श सिंह जी दा बुंगा है ना शहीद गंज है उत्थे जिहड़ा भी कोई अरदास करदा है उहदी अरदास पूरी हो जांदी ऐसी शक्ति है क्योंकि शहीदां दे अस्थानां विच महाराज ने आप ही शक्ति वरताई अपने खालसे का प्रताप वधाउण दे लई इहो जी कहिंदे भी शक्ति है उस बुंगे दी भी उह कई वार पिछले पासे संगत जांदी नहीं जदों दर्शन करन जावे पर भाई रतन सिंह जी कहिंदे बाबा गुरबख्श सिंह जी दे बुंगे विच ऐसी कला है ऐसी कहिंदे भी उहदे विच शक्ति है भी जिहड़ा कोई बंदा आंदा ना भी रात नूं मैनूं दब्बा पैंदा भी मैनूं भूत तंग करदे बंदा ते जिहड़ा नाम ना जपे सब तों वड्डा भूत ना ते उही हुंदा पर जे कोई कहिंदे भी कोई कहे भी मैनूं भूत चंबड़दे आ रात नूं दब्बा पैंदा कहिंदे बाबा गुरबख्श सिंह जी शहीद दे अस्थान दे जा के दर्शन करो बह के थोड़ा चिर बाणी पढ़ो सिमरन करो इहो जी किसी तरह की भी जिहड़ी मुश्किल है वह शहीदां सिंघां की कृपा दे नाल कट्टी जांदी है बाबा गुरबख्श सिंह जी दे अस्थान ते बहुते सिंह कड़ा प्रसाद कराउंदे ने भाई रतन सिंह वेंदे रहे ना अखां दे नाल ओह वेखी गवाही दे रहे ने कहिंदे भी बड़ी संगत आउंदी है ये 200 साल पुरानी गल लिख रहे ने भी बहुत सिंह आउंदे है ते बाबा गुरबख्श सिंह जी दे बुंगे दे कड़ा प्रसाद दी देख करदे हन ते जो भी किसे दे मन दी भावना होवे शहीद बाबा गुरबख्श सिंह ने निहंग सिंह दे बुंगे दे अरदास कीतिआं उही पूरी हो जांदे साध संगत जी जदों माघ दी संगरांद दी रात नूं बसंत रुत दा कीर्तन आरंभ हुंदा है ना तां इह पुराणी परंपरा मर्यादा तुरी आउंदी अमृतसर दे जिन्ने रागी सिंह है सिंह साहिब दे समेत ओह इकट्ठे हो के अद्धी रात नूं बाबा गुरबख्श सिंह जी दे बुंगे दे आउंदे है उत्थे अरदास करदे है अरदास करके ते बसंत राग दा पहला शब्द महा महा मोह मारखी चढ़िया सदा बसंत ये पहला शब्द जिहड़ा है बाबा गुरबख्श सिंह जी दे बुंगे दे गायन करदे है ते जदों शब्द उत्थे संपूर्ण हो जांदा उस तों बाद फिर हरिमंदर साहिब दे बसंत राग आरंभ हुंदा है किड्डी वड्डी महान उस पावन स्थान की महानता है बाबा गुरबख्श सिंह जी दा बुंगा आकार विच हो सकदा है भी सानूं छोटा लगे भी जिहड़े वड्डे वड्डे उच्चे गुंबज हुंदे आ ना होवे पर उहदी शक्ति ऐसी है भी सारे उत्थों बख्शिशां लैंदे ने अमृतसर हरिमंदर साहिब दे अंदर भी बसंत राग दा कीर्तन आरंभ होण तों पहलां बाबा गुरबख्श सिंह जी दे अस्थान ते कीर्तन हुंदा है इस तरह कहिंदे भी इहदे सिंघां दे अंगीठे संभाले गए उस तों अग्गे होर प्रसंग सुणो जिवें कलगीधर जी दे वर प्राप्त होए शहीदां नूं जिहड़ी साखी नूं पढ़दे आं जां सुणदे आं चित विच प्रेम लगेगा तुहाडे आनंद आवेगा जदों गुरु कलगीधर महाराज सच्चे पातशाह नूं बेनती कीती ना बाबा गुरबख्श सिंह जी ने भी अबदाली वाला काम कर दिओ ते सिंघां दे बचन महाराज ने जदों कहिंदे मन लए ओ खालसा धन हो गया निहाल हो गया बड़ी जय जयकार कीती गुरु कलगीधर दे नाम दे शहीदां ने जकारे छड्डे सचखंड दे विच जदों महाराज अगे पकार हो गई पकार कर नहीं गए सन ते मन विच इस भी उस तों बाद आवांगे ते पातशाहियां करांगे
पर जो हम शहीद सिंह के दर्शन किए महाराज के दर्शन किए तो बाबा गुरबख्श सिंह का मन बदल गया। कहिंदे हुण आपां जन्म ना धारीए जिथे सारे शहीद सिंह इत्थे महाराज के कोल रहिंदे आपां भी इन्हां शहीदां सिंघां दे कोल ही रहिए। यह विचार करके बाबा गुरबख्श सिंह निहंग सिंह फिर खलो गए ते गुरु गोबिंद सिंह महाराज नूं अरदास करनी लगे सन। बेनती यह करनी सी भी महाराज पहला असीं प्रण कीता सी भी सिंघां दे घरे फिर जन्म लवांगे। हुण इच्छा है भी शहीदां सिंघां दे डेरे च ही रहीए इत्थे सचखंड च ही रहीए। यह अरदास करन दे लई बाबा गुरबख्श सिंह जी खड़ो गए। गुरु गोबिंद सिंह महाराज पहला ही जानी जान सी भी इह निहंग सिंह हुण इत्थे साडे कोल रहना चाहुंदा है। कलगी धर महाराज कृपा दे घर विच आए साध संगत कईआं दे मन चो भी महाराज तां सचखंड चले गए। असल दे विच सूखम मंडल की खेड है ते जिहड़े भावना वाले है ना वह इस गल नूं समझदे है। कईआं दे समझ हो सकदा भी इह गल आवे ना पर इह अंदरली अवस्था गुरबाणी जिहड़ी सूखम की गल करदी है। स्थूल तां सारा कुछ नासबंद है पर सूखम जिहड़ा है परमेश्वर का जो स्वरूप वो जोत है नाशवंत नहीं अखंड जोत है वाहेगुरु की। सो इस तरह कलगी धर महाराज जानी जान पहले ही बाबे गुरबख्श सिंह की गल कर तो कह लगे कृपा दे घर विच आ के महाराज कहिंदे बाबा गुरबख्श सिंह तुहाडे ते जिन्ने भी तुहाडे नाल सिंह शहीद होए आ ना तुहाडे ते साडी बड़ी खुशी है। असीं बहुत ही खुश है तुहाडे ते भी तुसीं धर्म युद्ध करके शहीद होए हो। महाराज कहिंदे जाओ हुण तुहाडी जिहड़ी इच्छा पूरी हो गई है अबदाली नहीं आवेगा तुसीं जा के हुण पंथ च ही जन्म धारो फिर सिंह सजो खालसे बन के ते होर पंथ की अजे सेवा करो तुहाडी लोड़ है मात लोक विच। महाराज कहिंदे जिन्हां सिंघां ने अगे पैर रख के शहीदी पाई है पर पछाण ही होए जंग करदे जिहड़े गाह ही तुरे आए हन ते शहीद हो गए। महाराज ने वर दे दे भी जिन्ने कदम कोई अगे वध के शहीद होया है अकाल तख्त तो उन्ने ही हजार कहिंदे ओह फौज दा सरदार होवेगा। जिथे बाकी सिंघां नूं वर दित्ते ते बाबा गुरबख्श सिंह महाराज ने वर बख्श दिता भी निहंग सिंह जी तुसी सारे सरदारां दे भी सरदार होवोगे तुहाडा हुक्म सारे पंथ दे उत्ते चलेगा। क्योंकि जेड़े भी गिरजिया मार के शहीद होए है जिन्हां ने सरदारियां माननियां ने अगे जा के उन्हां सारे सरदारा दे पंथ दे उत्ते बाबा गुरबख्श सिंह तेरा हुक्म चलेगा ये वार बख्शता महाराज ने। जो बाबा गुरबख्श सिंह ते बाकी शहीदां नूं हुक्म हो गया भी जाओ भी पंथ दे वे शरीर धारो ते जिहड़े सिंह शहीद भाई मनी सिंह होनी उत्थे बैठे सी उन्हां नूं पता सी भी ये साडे को रहना चाहुंदे आ कुछ समा। उन्होंने फिर कलगी धर महाराज अगे फरमैश की महाराज अपने पंथ की सुनते की कहते हैं शहीद सिंह कह लगे महाराज तुम कहता इन्हें मन लिया ताडा हुक्म है भी जाके फिर सिंघां दे घरे जन्म लैना तो फिर पंथ वास्ते कुरबानी करनी। महाराज बाबा गुरबख्श सिंह तेरे नाल दे सिंह तुहाडा हुक्म मन के जरूर जाणगे हुण। पर महाराज तुहाडे अगे बेनती है भी 12 साल इन्हां नूं अपनी हजूरी च रह लैण दिओ। इन्हां सिंघां दे मन की भावना है भी 12 साल हुण असीं इत्थे शहीदां सिंघां दे डेरे च गुरु गोबिंद सिंह महाराज दे सन्मुख रहिए सचखंड दे विच। महाराज तुहाडा वचन कौन मोड़ सकदा है जे आग्या मिल जे 12 सालां दा समां दे दिओ महाराज जी फिर जाके पंथ दे विच सिंघां दे घरां च जन्म लै के पंथ की सेवा जरूर करनगे। महाराज जिदा तुसी कहा है ना भी पातशाही मिलूगी जिहड़े सिंह शहीद होणगे ते सिंह शहीद सिंह कहण लगे महाराज जिन्हां नूं पहलां पातशाहियां बख्शियां ने पाप मिशलां वाले इशारा सी भी जिहड़े मिशलां दे सरदार है
महाराज उन्हां नूं वी तुसी पातशाही दित्ती है ते उह हजे जिउंदे हन शरीर दे विच। उन्हां ने अपनी उम्र हजे महाराज पूरी नहीं भोगी, इस करके 12 साल इन्हां नूं इत्थे रहण दिओ। जिहड़े मिशलां दे सरदार ने उन्हां नूं अपना हजे समां भोग लैण दिओ, सरदारियां दा पातशाहियां दा। 12 सालां तों बाद महाराज जी फिर बाबा गुरबख्श सिंह जी दे नाल दे सिख जिहड़े आए सिंघां दे घरे जा के जन्म लैणगे तुहाडी आग्या मन के। आप जी दे महाराज जिहड़े बचन कहे होए ने उह आप जी दे बचनां दे अनुसार पंथ दी सेवा करनगे। ਕਲਗੀ ਧਰ ਮਹਾਰਾਜ ਨੂੰ ਸ਼ਹੀਦ ਸਿੰਘਾਂ ਨੇ ਰਲ ਕੇ ਜਿਹੜੀ ਬੇਨਤੀ ਕੀਤੀ ਵੀ ਮਹਾਰਾਜ ਸ਼ਹੀਦ ਬਾਬਾ ਗੁਰਬਖਸ਼ ਸਿੰਘ ਨਿਹੰਗ ਸਿੰਘ ਨੂੰ ਅਜੇ 12 ਸਾਲ ਇੱਥੇ ਆਪਣੇ ਕੋਲ ਰੱਖ ਲਓ। ਤੇ ਮਹਾਰਾਜ ਨੇ ਉਸੇ ਵੇਲੇ ਹੀ ਵੇਖੋ ਖਾਲਸੇ ਦਾ ਵਜਨ ਸ਼ਹੀਦਾਂ ਦਾ ਵਜਨ ਸੁਣ ਕੇ 7 ਵਜਨ ਕਹਿਤਾ। ਜਿਹੜੇ ਮਹਾਰਾਜ ਪੰਥ ਦੇ ਮਾਲਕ ਹੈ ਆਪਣੇ ਪੰਥ ਦਾ ਵਜਨ ਮੰਨ ਲਿਆ। ਭਾਈ ਰਤਨ ਸਿੰਘ ਜੀ ਕਹਿੰਦੇ ਮੰਨਦੇ ਵੀ ਕਿਵੇਂ ਨਾ, ਕਿਉਂਕਿ ਸਿੱਖਾਂ ਤੋਂ ਮਹਾਰਾਜ ਜੁਦਾ ਥੋੜਾ ਹਨ। ਗੁਰੂ ਸਾਹਿਬ ਤੇ ਗੁਰੂ ਕੇ ਸਿੱਖ ਇੱਕ ਹੀ ਰੂਪ ਨੇ, ਇਸੇ ਕਰਕੇ ਗੁਰੂ ਪੰਥ ਕਿਹਾ ਜਾਂਦਾ ਹੈ ਨਾ। ਪੰਥ ਤੇ ਗੁਰੂ ਇੱਕ ਹੀ ਰੂਪ ਹੈ ਤੇ ਮਹਾਰਾਜ ਨੇ ਆਪਣੇ ਪੰਥ ਦਾ ਆਪਣੇ ਸਿੰਘਾਂ ਦਾ ਵਚਨ ਮੰਨ ਲਿਆ। ਜਦੋਂ ਸਤਿਗੁਰਾਂ ਨੇ ਉਹ ਵਚਨ ਮੰਨ ਕੇ ਆਗਿਆ ਦੇ ਦਿੱਤੀ ਵੀ ਚਲੋ 12 ਸਾਲ ਨਿਹੰਗ ਸਿੰਘ ਨੂੰ ਸਾਡੇ ਕੋਲ ਰਹਿਣ ਦਿਓ, ਸਿੰਘ ਬੜੇ ਖੁਸ਼ ਹੋਏ, ਜਕਾਰੇ ਛੱਡੇ ਮਹਾਰਾਜ ਦੇ ਉਸ ਵੇਲੇ ਮਹਿਮਾ ਦੇ ਗਾਇਨ ਕਰਦੇ ਹੋਏ। ਜਦੋਂ ਆਗਿਆ ਮਿਲ ਗਈ ਤੇ ਫਿਰ ਬਾਬਾ ਗੁਰਬਖਸ਼ ਸਿੰਘ ਜੀ ਨੇ ਇੱਕ ਮਹਾਰਾਜ ਨੂੰ ਫਿਰ ਬੇਨਤੀ ਕੀਤੀ। ਮਹਾਰਾਜ ਜੀ ਇਹ ਤਾਂ ਠੀਕ ਹੈ ਵੀ ਹੁਣ 12 ਸਾਲ ਤੁਹਾਡੀ ਆਗਿਆ ਨਾਲ ਤੁਹਾਡੇ ਕੋਲ ਰਵਾਂਗੇ ਤੇ 12 ਸਾਲ ਬਾਅਦ ਵੀ ਜਾਣਾ ਹੈ, ਪਰ ਇੱਕ ਬੇਨਤੀ ਹੈ। ਤੁਸੀਂ ਕਹਿੰਦੇ ਹੋ ਵੀ ਤੂੰ ਪੰਥ ਦਾ ਸਰਦਾਰ ਹੋਏਗਾ ਤੇ ਮਹਾਰਾਜ ਮੇਰਾ ਇਕੱਲੇ ਦਾ ਸਾਰਾ ਵਜਨ ਪੰਥ ਕਿਵੇਂ ਮੰਨੂੰਗਾ, ਇਹਦੇ ਬੇਪਰਵਾਹ ਨੇ, ਇਹਦੇ ਸਮਝਦੇ ਕਿਸੇ ਨੂੰ ਕੁਝ ਨਹੀਂ, ਇਹਦੇ ਆਪ ਆਪਣੇ ਆਪ ਨੂੰ ਇਕੱਲਾ ਇਕੱਲਾ ਸਿੰਘ ਕਹਿੰਦਾ ਵੀ ਮੈਂ ਪਾਤਸ਼ਾਹ। ਤੇ ਸ਼ਹੀਦ ਬਾਬਾ ਗੁਰਬਖਸ਼ ਸਿੰਘ ਕਹਿੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਇਸ ਪੰਥ ਮੇਰਾ ਇਕੱਲੇ ਦਾ ਵਜਨ ਕਿਵੇਂ ਮੰਨੂੰਗਾ, ਇਹ ਤੇ ਇਕੱਲੇ ਇਕੱਲੇ ਆਪਣੇ ਆਪ ਨੂੰ ਪਾਤਸ਼ਾਹ ਖਵਾਉਂਦੇ ਨੇ ਤੇ ਤੁਸੀਂ ਮੈਨੂੰ ਕਹਿੰਦੇ ਹੋ ਵੀ ਤੂੰ ਸਾਰਿਆਂ ਦਾ ਸਰਦਾਰ ਹੋਵੇਂਗਾ ਜਾ ਕੇ। ਫਿਰ ਮਹਾਰਾਜ ਕਿਰਪਾ ਦੇ ਘਰ ਵਿੱਚ ਆਏ ਤੇ ਕਹਿਣ ਲੱਗੇ, ਮਹਾਰਾਜ ਕਹਿੰਦੇ ਗੁਰਬਖਸ਼ ਸਿੰਘ ਜਦੋਂ ਜਾਵੇਗਾ ਤੇਰੇ ਚ ਅਸੀਂ ਆਪਣੀ ਕਲਾ ਰੱਖੀ ਹੈ, ਤੇਰਾ ਵਜਨ ਥੋੜਾ ਮੰਨਣਾ, ਉਹਨਾਂ ਦੇ ਸਾਡਾ ਮੰਨਣਾ ਹੈ, ਤੇਰੀ ਜਬਾਨ ਰਸਨਾ ਤੋਂ ਅਸੀਂ ਬੋਲਾਂਗੇ ਪੰਥ ਨੇ ਤਾਂ ਗੁਰੂ ਗੋਬਿੰਦ ਸਿੰਘ ਕਹਿੰਦੇ ਸਾਡਾ ਵਜਨ ਮੰਨਣਾ ਹੈ ਤੇ ਇਸ ਕਰਕੇ ਤੇਰੀ ਰਸਨਾ ਦੇ ਉੱਤੇ ਸਾਡੀ ਸ਼ਕਤੀ ਵਸੇਗੀ ਤੇ ਜੋ ਵਜਨ ਕਹੇਗਾ ਉਹ ਸਾਰਾ ਪੰਥ ਮੰਨਿਆ ਕਰੇਗਾ। ਮਹਾਰਾਜ ਕਹਿੰਦੇ ਜਿਹੜੇ ਅਸੀਂ ਅੰਨੇ ਅੰਨੇ ਪਾਤਸ਼ਾਹ ਕੀਤੇ ਆ ਨਾ, ਘੋੜੇ ਦੀ ਕਾਠੀ ਤੇ ਬੈਠਾ ਸਿੰਘ ਹੀ ਪਾਤਸ਼ਾਹ ਹੈ, ਉਹ ਪਾਤਸ਼ਾਹ ਉੱਦਾਂ ਹੀ ਰਹਿਣਗੇ ਪੰਚ ਪਾਤਸ਼ਾਹ, ਪਰ ਤੂੰ ਉਹਨਾਂ ਸਾਰਿਆਂ ਦੇ ਸਿਰ ਦੇ ਉੱਤੇ ਮਹਾਰਾਜ ਕਹਿੰਦੇ ਜਾ ਕੇ ਪਾਤਸ਼ਾਹਾਂ ਦਾ ਵੀ ਪਾਤਸ਼ਾਹ ਬਣ ਜਾਵੇਗਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਬਾਬਾ ਗੁਰਬਖਸ਼ ਸਿੰਘ ਜੀ ਤੁਹਾਡੀ ਬਹਾਦਰੀ ਦੇ ਅੱਗੇ ਸਾਰਾ ਹੀ ਪੰਥ ਤੁਹਾਡੇ ਥੱਲੇ ਲਾ ਦਾ, ਸਾਰੇ ਹੀ ਪਾਤਸ਼ਾਹ ਸਿੰਘ ਮਿਸ਼ਲਾਂ ਦੇ ਸਰਦਾਰ ਜਥੇਦਾਰ ਤੁਹਾਡੇ ਅਧੀਨ ਕਰ ਦਿੱਤੇ, ਵਚਨ ਸਾਡਾ ਜਿਹੜਾ ਤੇਰੇ ਨਾਲ ਲੜੂਗਾ ਨਾ ਪੰਥ ਦੇ ਵਿੱਚੋਂ ਕੋਈ ਅੱਗੇ ਆ ਕੇ ਕੋਈ ਮਿਸ਼ਲ ਆ ਰਿਹਾ ਤੇ ਉਹ ਹਾਰ ਜਾਇਆ ਕਰੇਗਾ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਖਸ਼ਿਸ਼ ਕਰਕੇ ਕਹਿੰਦੇ ਬਾਬਾ ਗੁਰਬਖਸ਼ ਸਿੰਘ ਜਿਹੜਾ ਤੇਰੇ ਨਾਲ ਵਿਗਾੜ ਪਾਵੇ, ਜਿਹਦੇ ਵੱਲ ਤੂੰ ਵੇਖੇਗਾ ਵੀਰ ਰਸ ਦੇ ਨਾਲ, ਕਹਿੰਦੇ ਉਹਦਾ ਉੱਥੇ ਹੀ ਨਾਸ਼ ਹੋ ਜਾਵੇਗਾ। ਜਿਹੜਾ ਤੇਰੇ ਨਾਲ ਲੜੂਗਾ, ਜਿਹੜਾ ਕੋਈ ਅੜੂਗਾ, ਜਿਹੜਾ ਕੋਈ ਆਕੀ ਬਾਗੀ ਹੋਵੇਗਾ, ਉਹ ਹਾਰ ਕੇ ਫਿਰ ਇੱਕ ਦਿਨ ਤੇਰੀ ਸ਼ਰਨ ਦੇ ਵਿੱਚ ਆਵੇਗਾ। ਉਸ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦਾ ਇਹ ਵਚਨ ਸੁਣ ਲਿਆ, ਕਹਿੰਦੇ ਮਹਾਰਾਜ 7 ਵਚਨ ਜੇ ਤੁਹਾਡਾ ਵਚਨ ਵਰਤਣਾ ਹੈ ਤੇ ਫਿਰ ਠੀਕ ਹੈ, ਪਰ ਇੱਕ ਮਹਾਰਾਜ ਮੈਨੂੰ ਹੋਰ ਗੱਲ ਦੱਸ ਦਿਓ, ਵਚਨ ਦੱਸ ਦਿਓ।
ਬਾਬਾ ਗੁਰਬਖਸ਼ ਸਿੰਘ ਜੀ ਹੋਰ ਪੁੱਛਣ ਲੱਗ ਪਏ ਵੀ ਮਹਾਰਾਜ 12 ਸਾਲ ਤੇ ਲੰਘੇ ਹੀ ਹੁੰਦੇ ਆ ਤੇ ਮੈਂ ਜਨਮ ਲੈਣਾ ਹੈ ਤੇ ਦੱਸੋ ਵੀ ਕਿਹੜੇ ਸਿੰਘ ਦੇ ਘਰ ਜਾ ਕੇ ਜਨਮ ਲੈਣਾ, ਤੁਹਾਡਾ ਹੁਕਮ ਹੈ ਵੀ ਜਾ ਕੇ ਜਨਮ ਲੈਣਾ, ਦੱਸੋ ਕਿਹਦੇ ਘਰੇ ਜਾ ਕੇ ਜਨਮ ਲਵਾਂਗੀ। ਧਰ ਮਹਾਰਾਜ ਕਹਿੰਦੇ ਬਾਬਾ ਗੁਰਬਖਸ਼ ਉਹਦੇ ਘਰ ਵਿੱਚ ਜਨਮ ਲੈ, ਉਹਦੀ ਕੁੱਲ ਵਿੱਚ ਜਿਹੜਾ ਕਹਿੰਦੇ ਪੂਰਾ ਮਰਦ ਬਹਾਦਰ ਸੂਰਮਾ ਹੋਵੇ, ਜਿਹਦੀ ਪੂਰੀ ਚੜ੍ਹਤ ਹੋਵੇ ਪੰਥ ਦੇ ਵਿੱਚ, ਜਿਹੜਾ ਕਹਿੰਦੇ ਗਿਲਜੇ ਪਠਾਣਾ ਦੇ ਨਾਲ ਲੜਿਆ ਹੋਵੇ ਤੇ ਲੜਦਾ ਕਦੀ ਝੂਠਾ ਨਾ ਪਿਆ ਹੋਵੇ, ਜਿਹੜਾ ਅਬਦਾਲੀ ਨੂੰ ਵੇਖ ਵੇਖ ਕੇ ਛਾਲਾ ਮਾਰਦਾ ਹੋਵੇ ਬਹਾਦਰ, ਤੇ ਪਾਤਸ਼ਾਹ ਕਹਿੰਦੇ ਜਿਹਦੀ ਬਹਾਦਰੀ ਦੀ ਗਵਾਹੀ ਸਾਰਾ ਪੰਚ ਭਰੇ, ਕਹਿੰਦੇ ਉਹ ਸਮਾਂ ਆ ਗਿਆ, ਹੁਣ ਵਾਰ ਮਿਲੇ ਸੀ ਨਾ ਸਰਦਾਰ ਚੜ੍ਹਤ ਸਿੰਘ ਸ਼ੁਕਰ ਚੱਕੀਏ ਨੂੰ ਵੀ ਤੇਰਾ ਰਾਜ ਹੋਏਗਾ ਸਾਰੇ ਪਾਸੇ। ਤੇ ਮਹਾਰਾਜ ਕਹਿੰਦੇ ਜਿਹਦੀ ਸ਼ਾਦੀ ਪੰਚ ਭਰੇ, ਜਿਹਨੂੰ ਕਹਿੰਦੇ ਅਸੀਸਾਂ, ਜਿਹਦੇ ਲਈ ਅਰਦਾਸਾਂ ਸਾਡੇ ਪੰਥ ਨੇ ਕੀਤੀਆਂ ਨੇ, ਤੂੰ ਉਹਦੇ ਘਰੇ ਜਨਮ ਲੈ। ਜਿਹੜਾ ਸਿੰਘ ਦੁਸ਼ਟਾਂ ਦੇ ਨਾਲ ਜੰਗ ਯੁੱਧ ਕਰਨ ਤੋਂ ਟਲਦਾ ਹੀ ਨਾ ਹੋਵੇ, ਜਿਹੜਾ ਜੰਗ ਕਰਨ ਲੱਗਿਆ ਪੈਰ ਪਿਛਾਂ ਕਰਦਾ ਹੀ ਨਾ ਹੋਵੇ, ਜੰਗ ਦਾ ਨਾਮ ਸੁਣ ਕੇ ਤੇ ਛਾਲਾ ਮਾਰੇ, ਜਿਹੜਾ ਕਹਿੰਦੇ ਪਰਿਵਾਰ, ਜਿਹੜਾ ਸਿੰਘ ਆਪਣਾ ਸਰੀਰ ਪੰਥ ਵਾਸਤੇ ਲਾਉਣਾ ਚਾਹੇ ਵੀ ਮੈਂ ਆਪਣਾ ਸਰੀਰ ਪੰਥ ਦੇ ਉੱਤੋਂ ਕੁਰਬਾਨ ਕਰ ਦੇਵਾਂ। ਮਹਾਰਾਜ ਕਹਿੰਦੇ ਗੁਰਬਖਸ਼ ਸਿੰਘ ਜੀ ਉਹਦੇ ਘਰ ਦੇ ਜਾ ਕੇ ਜਨਮ ਲਓ, ਜਿਹਨੇ ਪੰਥ ਦੀ ਸੇਵਾ ਲਈ ਪਾਇਓ ਪਕਾਰ ਦੇ ਲਈ ਵੱਡਾ ਉੱਦਮ ਕੀਤਾ ਹੋਵੇ, ਜਿਹਨੇ ਪੰਥ ਦੇ ਬਿਰਧ ਬੱਚੇ ਮਾਈਆਂ ਬਜ਼ੁਰਗਾਂ ਨੂੰ ਬਚਾਇਆ ਹੋਵੇ ਤੇ ਆਪ ਫੱਟ ਝੱਲੇ ਹੋਣ। ਇਹਦਾ ਮਹਾਰਾਜ ਨੇ ਤਾਰੀਫ ਕਰਕੇ ਵੀ ਕਿਹਦੇ ਘਰੇ ਜਨਮ ਲੈਣਾ ਹੈ ਤੇ ਨਾਲ ਹੀ ਹੁਣ ਸਪਸ਼ਟ ਕਰਾਉਂਦੇ ਨੇ ਮਹਾਰਾਜ ਦੇ ਕੋਲ ਉੱਥੇ ਜਿੰਨੇ ਵੀ ਸ਼ਹੀਦੀ ਫੌਜ ਸੀ ਨਾ, ਜਿੰਨੇ ਵੀ ਮਰੀਜ਼ ਸਿੰਘ ਸੀ, ਉਹਨਾਂ ਨੂੰ ਵੀ ਮਹਾਰਾਜ ਨੇ ਪੁੱਛ ਲਿਆ ਵੀ ਸ਼ਹੀਦੋ ਸਿੰਘ ਹੁਣ ਤੁਸੀਂ ਵੀ ਦੱਸੋ, ਜਿਹੜੇ ਸਿੰਘ ਵੱਡੇ ਘੱਲੂ ਘਾਰੇ ਦੇ ਵਿੱਚ ਸ਼ਹੀਦ ਹੋਏ ਸੀ ਨਾ, ਹੁਣ ਕਲਗੀਧਰ ਮਹਾਰਾਜ ਉਹਨਾਂ ਨੂੰ ਪੁੱਛਦੇ ਵੀ ਤੁਸੀਂ ਦੱਸੋ ਵੀ ਗੁਰਬਖਸ਼ ਸਿੰਘ ਇਹ ਬਾਬਾ ਨਿਹੰਗ ਸਿੰਘ ਕਿਹੜੇ ਘਰ ਦੇ ਵਿੱਚ ਕਿਹਦੇ ਘਰੇ ਜਨਮ ਲਵੇ ਜਾ ਕੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਾਰੇ ਸ਼ਹੀਦਾਂ ਨੇ ਇੱਕ ਸੁਰ ਦੇ ਵਿੱਚ ਗਰਜਵੀਂ ਆਵਾਜ਼ ਚਾਖਿਆ, ਮਹਾਰਾਜ ਸਰਦਾਰ ਚੜ੍ਹਤ ਸਿੰਘ ਸ਼ੁਕਰ ਚੱਕੀਏ ਦੇ ਪਰਿਵਾਰ ਦੇ ਵਿੱਚ ਜਾ ਕੇ ਇਹ ਬਾਬਾ ਗੁਰਬਖਸ਼ ਸਿੰਘ ਜੀ ਨੂੰ ਜਨਮ ਲੈਣਾ ਚਾਹੀਦਾ ਹੈ। ਸਾਧ ਸੰਗਤ, ਇਹ ਇਸ਼ਾਰਾ ਹੈ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵੱਲ ਵੀ ਬਾਬਾ ਗੁਰਬਖਸ਼ ਸਿੰਘ ਜੀ ਨਿਹੰਗ ਸਿੰਘ ਮਿਸ਼ਲ ਸ਼ਹੀਦਾਂ ਦੇ ਦੂਜੇ ਜਥੇਦਾਰ ਗੁਰੂ ਕਲਗੀਧਰ ਦੇ ਹੁਕਮ ਦੇ ਨਾਲ ਸਰਦਾਰ ਚੜ੍ਹਤ ਸਿੰਘ ਦੇ ਪਰਿਵਾਰ ਦੇ ਵਿੱਚ, ਸਰਦਾਰ ਮਾਨ ਸਿੰਘ ਦੇ ਘਰ ਦੇ ਵਿੱਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਬਣ ਕੇ ਜਨਮੇ। ਅਤੇ ਇਹ ਮਹਾਰਾਜ ਨੇ ਕਿਹਾ ਸੀ ਨਾ ਵੀ ਸਾਰੇ ਸਰਦਾਰਾਂ ਦੇ ਉੱਤੇ ਸਰਦਾਰ ਹੋਵੇਗਾ, ਅਤੇ ਜਿੰਨੇ ਵੀ ਮਿਸ਼ਲਾਂ ਵਾਲੇ ਸੀ ਕੁਝ ਪਿਆਰ ਨਾਲ ਅਤੇ ਕੁਝ ਡੰਡੇ ਨਾਲ ਅਤੇ ਕੁਝ ਡਰਾ ਕੇ ਸਾਰੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਵੱਸ ਵਿੱਚ ਕੀਤੇ ਸਨ। ਅਤੇ ਇਹ ਕਲਗੀਧਰ ਮਹਾਰਾਜ ਦੇ ਬਚਨ ਪਹਿਲਾਂ ਹੀ ਹੋਏ, ਇਸੇ ਕਰਕੇ ਇਹ ਲੋਕਾਂ ਦੀਆਂ ਗੱਲਾਂ 'ਚ ਨਾ ਆਇਆ ਕਰੋ। ਕਈ ਸ਼ੇਰੇ ਪੰਜਾਬ ਮਹਾਰਾਜਾ ਸਾਹਿਬ ਬਾਰੇ ਬੜਾ ਮਾੜਾ ਕਰਦੇ ਨੇ, ਸੋਚਦੇ ਨੇ, ਪਰ ਸਾਨੂੰ ਪਤਾ ਹੋਣਾ ਚਾਹੀਦਾ ਹੈ ਪੰਚ ਕਲਗੀਆਂ ਵਾਲੇ ਦਾ ਪ੍ਰਚਾਰ ਜੇ ਵਿਸ਼ਵ ਪੱਧਰ 'ਤੇ ਪਹਿਲੀ ਵਾਰ ਕਿਤੇ ਹੋਇਆ ਤਾਂ ਉਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਇਟਲੀ ਫਰਾਂਸ ਵਰਗਿਆਂ ਨੇ, ਇੰਗਲੈਂਡ ਵਰਗੇ ਦੇਸ਼ਾਂ ਨੇ ਸ਼ੇਰੇ ਪੰਜਾਬ ਦੇ ਰਾਜ ਦੀ ਤਾਰੀਫ ਉਹਨਾਂ ਸਮਿਆਂ 'ਚ ਵੀ ਕੀਤੀ ਸੀ। ਸੋ ਉਹ ਸਰਦਾਰ ਚੜ੍ਹਤ ਸਿੰਘ ਦਾ ਨਾਮ ਸਾਰਿਆਂ ਨੇ ਲਿਆ ਵੀ ਬਾਬਾ ਗੁਰਬਖਸ਼ ਸਿੰਘ ਦਾ ਜਨਮ ਚੜ੍ਹਤ ਸਿੰਘ ਦੇ ਪਰਿਵਾਰ ਵਿੱਚ ਹੋਣਾ ਚਾਹੀਦਾ। ਸਿੰਘਾਂ ਨੂੰ ਪੁੱਛ ਕੇ ਤੇ ਕਲਗੀਧਰ ਨੇ ਬਚਨ ਕਰਤਾ, ਕਹਿੰਦੇ ਬਾਬਾ ਗੁਰਬਖਸ਼ ਸਿੰਘ ਨਿਹੰਗ ਸਿੰਘ ਜੀ, ਤੁਸੀਂ ਸਰਦਾਰ ਚੜ੍ਹਤ ਸਿੰਘ ਦੀ ਕੁੱਲ ਦੇ ਵਿੱਚ ਜਾ ਕੇ ਜਨਮ ਲੈਣਾ ਹੈ ਤੇ ਤੁਹਾਨੂੰ ਸਾਰਿਆਂ ਦਾ ਸਰਦਾਰ ਬਣਾ ਦਿੱਤਾ। ਜੋ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਇਹ ਕਲਗੀਧਰ ਦੇ ਹੁਕਮ ਦੇ ਨਾਲ ਮਿਲਿਆ। ਇਹ ਕਹਿੰਦੇ 1822 ਬਿਕਰਮੀ ਸੰਮਤ ਹੈ, 1822 ਬਿਕਰਮੀ ਸਾਲ ਜਦੋਂ ਬਤੀਤ ਹੋ ਗਏ ਭਾਵ 1765 ਦੇ ਨੇੜੇ ਤੇੜੇ ਦਾ ਸਮਾਂ ਏ।
जो साखी कही। भाई रतन सिंह भंगो कहते भी ये जी मैं साखी कही है ना ये 1765 बिक्रमी दे विच होई है। कुछ कहते भी मैं सुन के लिखी है ते कुछ अपने अनुभव दे नाल लिखी है। साध संगत लिखिया बाद विच जांदा है कोई भी किताब लिखी जावे अनुभव पहला होंदा है। तो शहीदा के परिवार विचों सन भाई रतन सिंह जी कह लगे खालसा जी ये जी मैं साखी लिखी कुछ कहिंदे मैं कुछ सिंघा को कुछ गुरमुख प्यारे नाम अभ्यासियों को सुन के ते कुछ मैं आप भी अनुभव किया इत बह के अमृत वेले चौंकड़ा मारदा रहा ते जो महाराज ने मैनू विखाया ना भी इदा इदा खेड़ वरती वो सारा नक्शा मैं इतिहास के रूप में लिख के कह रहा ताइयों मैं ये दावा करदा है। तो क्योंकि महाराजा साहब का जो राज सी ना रणजीत सिंह जी का उदों ये कथा लिखनी आरंभ हुई तो 30 साल कथा लिखते रहे तो महाराज रणजीत सिंह का राज वेख्या सी अखां दे नाल ते ताइयों रतन सिंह जी भंगो कहिंदे भी कलगी धर दे वर दे नाल बाबा गुरबख्श सिंह ही महाराजा बन के आया। जे कोई आखे ना भी लिखत वड्डी हुंदी कि अनुभव ते भाई रतन सिंह कहिंदे सिमरतियां 27 सिमरतियां ने 6 शास्त्र ने 4 वेद हन उपनिषदा ने 18 पुराण 18 उप पुराण इत्यादक ये सारे कहिंदे ग्रंथ इदा है भी जिवें सोना हुंदा है। जिहड़े धर्म ग्रंथ ने इहदे कहिंदे भी सोने दी नहीं आईआं सोना भी कीमती हुंदा है उहदी भी कदर हुंदी है पर जिहड़ा अनुभव हुंदा है इहदे कहिंदे पारस दी वट्टी है इहदे वड्डे वड्डे लोहे दे पहाड़ां नूं भावें सुमेर पर्वत जिन्ना लोहा होवे ते किणका मात्र पारस दी वट्टी शो जावे ते उह पहाड़ भी सोना बन सकदी है। इहदा मेरे अनुभव दे विच्चों इह कथा निकली है महाराज कलगीधर ने आप बख्शी है। भाई रतन सिंह जी कहिंदे भी मैं ये सारी कथा जदों कैप्टन मरे नूं सुनाई क्योंकि आपां आरंभ च सुनिया ना भी सर डेविड आफ्टरलोनी जिहड़ा अंग्रेजां दा अफसर सी उहदे अधीन डिप्टी कमिश्नर सी कैप्टन मरे लुधियाणे दा ते उहनूं कथा भाई रतन सिंह जी दी पंच दी दस रहे है भी पंच ने राज किवें लिया क्योंकि दिल्ली दे बादशाह ने कह दिता सी भी इहनां ने राज रूज कोई नहीं लिया एवें बागी होए फिरदे ते भाई रतन सिंह ने दस्या भी इदां लहू डुल्ला दे इदां साढ़े गुरु ने राज बख्शिया भी इह महाराजा साहिब दा वार भी दसवें पातशाह ने कीता ते सानू राज साढ़े गुरां ने बख्शे ने ते इह जदों कथा सुनाती बाबे गुरबख्श सिंह दी शहीदी दी तां कैप्टन मरे भाई रतन सिंह जी कहिंदे मैनूं कहिण लगे भी अगे मैनूं इक गल होर दसो तुसीं पिछे दस्या सी भी जिहड़ा नजीब रहेला है उहनूं जवाहरमल ने दिल्ली च घेरा पाया सी ते उहने अबदाली दी फौज नूं 30 करोड़ रुपया देना करके सद्या सी ਉਹ ਜਦੋਂ ਅੰਮ੍ਰਿਤਸਰ ਆਇਆ ਪਹਿਲਾਂ ਤਾਂ ਉਹਦੇ ਨਾਲ ਜੰਗ ਕਰਦਿਆਂ ਬਾਬਾ ਗੁਰਬਖਸ਼ ਸਿੰਘ ਜੀ ਸ਼ਹੀਦ ਹੋ ਗਏ ਅਤੇ ਹੁਣ ਇਹ ਦੱਸ ਵੀ ਜਦੋਂ ਤੁਹਾਡੇ ਸਿੰਘ ਸ਼ਹੀਦ ਹੋ ਗਏ ਇਹ ਤੋਂ ਬਾਅਦ ਅਬਦਾਲੀ ਕਿੱਥੇ ਗਿਆ ਕੀ ਕੀਤਾ ਕਿੱਥੋਂ ਫਿਰ ਵਾਪਸ ਮੁੜਿਆ ਨਾਲੇ ਭਾਈ ਰਤਨ ਸਿੰਘ ਜੀ ਨੂੰ ਕੈਪਟਨ ਮਰੇ ਪੁੱਛਦਾ ਏ ਭਾਈ ਰਤਨ ਸਿੰਘ ਜੀ ਕਹਿੰਦੇ ਵੀ ਕੈਪਟਨ ਮਰੇ ਮੈਨੂੰ ਕਹਿੰਦਾ ਵੀ ਤੁਸੀਂ ਪਿੱਛੇ ਦੱਸਿਆ ਸੀ ਕਥਾ ਵਿੱਚ ਵੀ ਦਿੱਲੀ ਨੂੰ ਘੇਰਾ ਪਾ ਲਿਆ ਸੀ ਜਵਾਹਰਮਲ ਭਰਤਪੁਰੀਏ ਨੇ ਆ ਜਿਹੜੇ ਰਹੀਲੇ ਪਠਾਨ ਨੇ ਸੂਰਜ ਮੱਲ ਜਿਹੜਾ ਪਿਓ ਸੀ ਭਰਤਪੁਰੀਏ ਰਾਜੇ ਦਾ ਉਹਨੂੰ ਮਾਰਿਆ ਸੀ ਜੰਗ ਦੇ ਵਿੱਚ ਅਤੇ ਉਸ ਦੋਸ਼ ਕਰਕੇ ਉਹਨੇ ਬਦਲਾ ਲੈਣਾ ਚਾਹਿਆ ਸੀ ਉਹ ਕਥਾ ਦੱਸ ਵੀ ਫਿਰ ਉਹ ਜਿਹੜੇ ਜਾਟਾਂ ਨੇ ਘੇਰਾ ਪਾਇਆ ਸੀ ਦਿੱਲੀ ਨੂੰ ਫਰੰਗੀਆਂ ਨੂੰ ਭਰੱਟਿਆਂ ਨੂੰ ਨਾਲ ਲੈ ਕੇ ਵੀ ਉਹ ਦਿੱਲੀ ਆਪੇ ਹੀ ਬਚ ਗਈ ਰਹੇਲੇ ਨੇ ਕੋਈ ਯਤਨ ਕੀਤਾ ਜਾਂ ਅਹਿਮਦ ਸ਼ਾਹ ਅਬਦਾਲੀ ਨੇ ਆ ਕੇ ਕੋਈ ਮਦਦ ਕੀਤੀ ਤਾਂ ਮੈਨੂੰ ਦੋਵੇਂ ਗੱਲਾਂ ਇਹ ਖੋਲ ਕੇ ਦੱਸ ਪੀਰ ਨਜੀਬ ਖਾਂ ਰਹੇਲੇ ਪਠਾਨ ਦਾ ਕੀ ਬਣਿਆ ਦਿੱਲੀ ਦਾ ਕੀ ਬਣਿਆ ਅਤੇ ਅਹਿਮਦ ਸ਼ਾਹ ਅਬਦਾਲੀ ਫਿਰ ਕਿੱਥੋਂ ਮੁੜਿਆ ਵਾਪਸ
भाई रतन सिंह कहिंदे दोने मैं ये सवाल किया भी अबदाली की सारी गल दस भी वह वापस कितों मुड़िया तो कहिंदे फिर मैं ये कथा उन्हें दसी जेड़ा उत्तर उदों कहिंदे अंग्रेजी च लिख के कैप्टन मरे नूं दित्ता सी उहदा लच्छा मैं इतिहास के रूप के कविता के रूप के तुहानूं भी दसदा हाँ मैं उन्हें दसिया भी जो अहमद शाह अबदाली के आन का रौला पै गया ना भारत के अबदाली आ गया अबदाली आ गया कहिंदे भी उधर रौला पैण करके क्योंकि लोग कहिंदे हुंदे सी भी अबदाली आ गया भी खा पी लवो जिन्ना खा पी हंडाया जांदा क्योंकि खाधा पीता लाहे दा बाकी अहमद शाहे दा अबदाली अठ वरां पहला आ चुका सी लोग डरदे सन ते इह गल सुन के भाई रतन सिंह कहिंदे जिहड़ा उह जवाहर मल जाट सी ना भरतपुर दा राजा उहने फौज की गिणती होर वधा लई भी मैं अबदाली दे नाल हुण चंगी फौज इकट्ठी करके लड़ांगा उस वेले भाई रतन सिंह कहिंदे फिर उन्हें जिथे मरटे सदे फरंगी फौज भर्ती किते होर बिहारीए भी कोई सरदार इकट्ठे किते यूपी चों किते उन्हें फिर चिट्ठी खालसे वल भी लिख के भेजी क्योंकि उन्हें पता सी भी जिहड़ा अबदाली है जे इहनूं कहिंदे हिक च कोई वजदा है तां इह केवल गुरु का खालसा वजदा है अटक दरिया तीकर इहनूं पिछा भौंके नहीं वेखण दिंदे लड़दे मरदे शहीदियां पाउंदे अबदाली दे नक दे विच दम सिंघ ही करदे ने ये खालसे की महिमा जान के भरतपुरीए राजे ने फिर अपने दो वकील खालसे की मदद लैण वास्ते भी भेजे कहते भी माया दे गड्डे दे हाथी लद के भेजे भी खालसा मेरी सेवा तो खुश हो गए मेरी मदद करे जेडे दो वकील आए एक दा नाम सी वृंदावन ते दूजे दा नाम सी मथुरा दास ते वृंदावन ये दो वकील आए खालसे कोल उन्होंने खालसे पंच दे कोल जदों सरदार जसा सिंह जी आलूवालिया सरदार चढ़ सिंह जी शुकर चकिया वर्गे सरदारां नूं आके बेनती कीती कहण लगे खालसा जी सानूं घेले घल्लिया है जवाहर मल ने ते उह तुहाडे ताईं इदां बेनती करदा है भी असीं वी वेखो छत्री हैं शस्त्रधारी हैं साडा हिंदू धर्म है तुसीं वी वेखो छत्री हैं शस्त्रधारी हैं ते तुहाडे करके हिंदू धर्म बचे है गुरु तेग बहादुर साहिब की शहादत करके वेखो अपनी जात ते कर्म इको ही ने वो इदा भी असीं वी इधर जिमीदारे का काम करते हैं तुसीं वी जिमीदारा करते हो तुहाडा भी काम वैरियां नूं सोधा लाउणा है अबदाली नाल लड़दे हो ते जवाहर मल ने लिख के जां सुनेहा भेजिया भी लड़ना मैं भी अबदाली दे नाल चाहुंदा हां ते खालसा जी तुहाडे बारे मैं सुनिया है भी तुसीं संतां दी रखिया ते गऊ दी रखिया करदे हो क्योंकि किसी ने पुछिया सी भी इह तेग काहदे वास्ते कहिंदे वैरी दी पछिया ते गऊ गरीब दी रछिया इहदे वास्ते तेग सानूं महाराज ने बख्शी है ते खालसे नूं कहण लगा खालसा जी वकीलां दे राहीं कहिंदा है दूत आए ने उह कहिंदे पंथ नूं भी तुसीं संतां दे ते गऊ गरीब दे रखे हो क्यों ते वैरी नूं मारना चाहुंदे हो ते तुसीं चाहुंदे हो तुरक दुष्ट को चाहे पछैया कहिंदे पछया चाहुंदे हो उहनां दा नाश करिया चाहुंदे हो तुसीं अबदाली नजीबा वेखो धर्म के नाम से कठे हो गए अपने दीन मजहब इस्लाम के लिए अबदाली उधरों नजीब खान रहेले पठान की मदद वास्ते आ रहा है इस करके खालसा जी आप भी कठे हो जाइए एक इस करके साड़ी बेनती वल ध्यान धरो ते आ के तुसी अपने धर्म की प्रतिपालना करो जिहड़ा तुहाडा धर्म है गऊ गरीब की रखिया करनी ते वैरी का नाश करना दुष्टा नूं सोधा लाओ आके मेरी मदद करो ये भी नाल उहने कहा भी जिन्ना भी कोई जंग का समान होगा ना चंगे चंगे शस्त्र उह तुहानूं मैं देवांगा मैं जिन्नी भी वध तो सेवा कर सकता हाँ
ਪਦਾਸ਼ਮੀ ਪੰਜ ਕੜਾਹ ਪ੍ਰਸ਼ਾਦ ਦੀ ਦੇਹ ਕਰਦਾ ਹੈ ਨੇਤੀ ਤੇ ਕਹਿੰਦਾ ਕੜਾਹ ਪ੍ਰਸ਼ਾਦ ਵਾਸਤੇ ਮਾਇਆ ਵੀ ਖਾਲਸਾ ਜੀ ਮੈਂ ਤੁਹਾਨੂੰ ਜਿੰਨੀ ਕਹੋਗੇ ਓਨੀ ਦੇਹਾਂਗਾ। ਗੱਲ ਕੀ ਹੈ, ਸੂਰਜ ਜਵਾਹਰ ਮੱਲ ਭਰਤਪੁਰ ਵਾਲੇ ਨੇ ਇਹ ਕਹਿ ਕੇ ਭੇਜਦਾ ਵੀ ਖਾਲਸਾ ਜੀ ਜੋ ਕੁਝ ਵੀ ਮੇਰੇ ਕੋਲ ਹੈ ਨਾ ਉਹ ਸਾਰਾ ਕੁਝ ਤੁਹਾਡਾ ਹੀ ਹੈ। ਇਹਨੂੰ ਪਤਾ ਸੀ ਵੀ ਜੇ ਪੰਥ ਆ ਗਿਆ ਨਾ ਇੱਕ ਵਾਰ ਮੇਰੇ ਨਾਲ ਤੇ ਅਬਦਾਲੀ ਫੇਰ ਨੀ ਮੇਰਾ ਕੁਝ ਵਿਗਾੜ ਸਕਦਾ। ਇਸ ਕਰਕੇ ਤੁਸੀਂ ਆ ਕੇ ਸਾਡੇ ਨਾਲ ਲੜੋ, ਸਾਰਾ ਕੁਝ ਤੁਹਾਡਾ ਹੈ ਤੇ ਆਪਣੀ ਮਾਇਆ ਤੁਸੀਂ ਆਪ ਸਾਂਭੋ, ਤੁਸੀਂ ਮਾਲਕ ਹੋ ਇਸ ਦੇਸ਼ ਦੇ। ਜੇ ਤੁਹਾਨੂੰ ਕਹਿੰਦੇ ਲਾਜ ਹੈ ਸਾਡੇ ਧਰਮ ਨੂੰ ਬਚਾਇਆ ਹੈ, ਹੁਣ ਇਸ ਦੇਸ਼ ਨੂੰ ਬਚਾਉਣ ਦੀ ਵੀ ਲੱਜਾ ਖਾਲਸਾ ਜੀ ਤੁਹਾਨੂੰ ਹੀ ਹੈ। ਸਾਡੇ ਨਾਲ ਆ ਕੇ ਇਹ ਵੀ ਕਾਰਜ ਕਰ ਦਿਓ ਵੀ ਅਬਦਾਲੀ ਵਾਲਾ ਵੀ ਕੰਡਾ ਕੱਢ ਹੀ ਰਹੀਏ ਵਾਰ ਵਾਰ ਜਿਹੜਾ ਰੜਕਦਾ ਰਹਿੰਦਾ ਏ। ਜਿਹੜੇ ਗਿਲਜੇ ਪਠਾਨ ਆਏ ਨੇ ਇਹਨਾਂ ਦੇ ਨਾਲ ਜੰਗ ਯੁੱਧ ਦੇ ਵਿੱਚ ਖਾਲਸਾ ਜੀ ਸਾਡੀ ਮਦਦ ਕਰੋ, ਕਿਉਂਕਿ ਬੜੇ ਉਹ ਦੀਨ ਮਦ ਦਿੱਲੀ ਭਾਜ। ਉੱਧਰ ਜਿਹੜਾ ਗਿਲਜਾ ਆਇਆ ਹੈ ਜਿਸ ਕੰਮ ਦੇ ਲਈ, ਇੱਧਰ ਧਰਮ ਦੇ ਵਾਸਤੇ ਧਰਮ ਨੂੰ ਬਚਾਉਣ ਦੇ ਲਈ ਇਹ ਕਹਿੰਦੇ ਵੀ ਦੀਨ ਮਜ਼ਬ ਦਾ ਹੈਦਰੀ ਝੰਡਾ ਚੁੱਕ ਕੇ ਆ ਰਹੇ ਨੇ, ਜਿਹਾਦ ਦਾ ਝੰਡਾ ਚੁੱਕੇ ਵੀ ਧਰਮ ਨੂੰ ਖਤਰਾ ਹੈ, ਅਤੇ ਇੱਧਰ ਨਜੀਬ ਖਾਨ ਰਹੇਲਾ ਪਠਾਨ ਜਿਹੜਾ ਹੈ ਇਹ ਸਾਰੇ ਦਿੱਲੀ ਦੇ ਵਿੱਚ ਲੁਕੇ ਨੇ। ਉੱਧਰੋਂ ਰਹੇਲਾ ਪਠਾਨ ਵਾਹਿਗੁਰੂ ਰਹੇਲਾ ਪਠਾਨ ਦਿੱਲੀ ਦੇ ਵਿੱਚ ਲੁਕਿਆ ਹੈ, ਉੱਧਰੋਂ ਅਬਦਾਲੀ ਜਿਹੜਾ ਏ ਉਹ ਲਾਹੌਰ ਅੱਗੇ ਲੰਘ ਆਇਆ ਏ। ਜਿਸ ਕਰਕੇ ਖਾਲਸਾ ਜੀ ਤੁਸੀਂ ਆ ਕੇ ਹੁਣ ਮੇਰੀ ਮਦਦ ਕਰੋ। ਖਾਲਸੇ ਨੇ ਉਹਦੀ ਬੇਨਤੀ ਝੱਟ ਹੀ ਮੰਨ ਲਈ, ਕਿਉਂਕਿ ਅਬਦਾਲੀ ਨਾਲ ਤੇ ਸਿੰਘ ਅੱਗੇ ਹੀ ਲੜਦੇ ਰਹਿੰਦੇ ਸੀ, ਹੁਣ ਖਾਲਸੇ ਦੇ ਇਹ ਫਾਇਦਾ ਹੋ ਗਿਆ ਵੀ ਖਾਲਸਾ ਤਾਂ ਲੜਦਾ ਹੀ ਹੈ ਨਾਲ, ਹੁਣ ਭਰਤਪੁਰੀਏ ਦੀ ਫੌਜ ਵੀ ਅਬਦਾਲੀ ਦੇ ਨਾਲ ਲੜੇਗੀ। ਖਾਲਸਾ ਕਹਿੰਦੇ ਉਸੇ ਵੇਲੇ ਜਕਾਰੇ ਛੱਡਦੇ ਆ, ਇੱਧਰ ਮਾਲਵੇ ਦੇ ਵਿੱਚ ਸੀ ਉੱਥੋਂ ਸਿੱਧਾ ਭਰਤਪੁਰ ਵਾਲੇ ਪਾਸੇ ਨੂੰ ਚੜ੍ਹਾਈ ਕਰ ਦਿੱਤੇ। ਸਿੰਘਾਂ ਦੇ ਪਰਿਵਾਰ ਸਨ, ਕੁਝ ਬਜ਼ੁਰਗ, ਕੁਝ ਮਾਈਆਂ, ਕੁਝ ਬੱਚੇ, ਉਹਨਾਂ ਸਾਰਿਆਂ ਨੂੰ ਮਾਲਵੇ ਦੇ ਵਿੱਚ ਹੀ ਛੱਡ ਗਏ, ਕਿਉਂਕਿ ਬਰਾੜਾਂ ਦੇ ਨਾਲ ਪਹਿਲਾਂ ਲੜਾਈ ਝਗੜਾ ਵੀ ਸਿੰਘਾਂ ਦਾ ਹੋਇਆ, ਬਾਅਦ ਵਿੱਚ ਰਿਸ਼ਤੇਦਾਰੀਆਂ ਬਣ ਗਈਆਂ ਅਤੇ ਸਿੰਘਾਂ ਨੇ ਆਪਣੇ ਜਿੰਨੇ ਵੀ ਪਰਿਵਾਰ ਸੀ ਉਹ ਬਰਾੜਾਂ ਦੇ ਗਿੱਲਾਂ ਦੇ ਘਰਾਂ ਦੇ ਵਿੱਚ ਮਾਲਵੇ ਦੇ ਵਿੱਚ ਰਹਿਣ ਵਾਸਤੇ ਛੱਡ ਤੇ ਅਤੇ ਆਪ ਜੰਗ ਕਰਨ ਦੇ ਲਈ ਚੱਲ ਪਏ। ਬਾਂਗਰ ਦਾ ਇਲਾਕਾ ਹੈ, ਜਿਵੇਂ ਆਪਾਂ ਮਾਝਾ ਆਉਂਦੇ ਹਾਂ, ਦੁਆਬਾ ਆਉਂਦੇ ਹਾਂ, ਮਾਲਵਾ ਆਉਂਦੇ ਹਾਂ, ਇਸੇ ਤਰ੍ਹਾਂ ਜਿਹੜਾ ਇਹ ਕਰਨਾਲ ਦੇ ਪਰੇ ਇਲਾਕਾ ਹੈ ਨਾ ਪਾਣੀਪਤ ਆਦਿਕ ਦਾ ਦਿੱਲੀ ਵੱਲ ਨੂੰ, ਇਹਨੂੰ ਬਾਂਗਰ ਦਾ ਦੇਸ਼ ਆਉਂਦੇ, ਬਾਂਗਰ ਦਾ ਇਲਾਕਾ ਕਹਿੰਦੇ ਨੇ। ਅਤੇ ਸਿੰਘਾਂ ਨੇ ਕੀ ਕੀਤਾ ਵੀ ਚੜ੍ਹਾਈ ਕੀਤੀ ਅਤੇ ਬਾਂਗਰ ਦੀ ਕੌਣ ਦਿੱਲੀ ਦਾ ਜਿਹੜਾ ਰਾਹ ਸੀ ਨਾ, ਜਿੱਧਰੋਂ ਦਿੱਲੀ ਤੋਂ ਇੱਧਰ ਨੂੰ ਲਾਹੌਰ ਵੱਲ ਨੂੰ ਰਾਹ ਆਉਂਦਾ ਸੀ, ਜਿਹੜੇ ਰਸਤੇ ਸਾਰਾ ਸਮਾਨ ਦਿੱਲੀ ਦਾ ਜਾਂਦਾ ਸੀ ਰਸਤ ਬਸ ਦਾ, ਉਹ ਕੌਣ ਦੱਬ ਲਈ ਜਾ ਕੇ ਸਿੰਘਾਂ ਨੇ ਰਾਹ ਦੇ ਵਿੱਚ ਮੋਰਚਾ ਮਾਰ ਲਿਆ। ਇਹ ਨਹੀਂ ਵੀ ਦਿੱਲੀ ਨੂੰ ਹੋਣੀ ਰਾਸ਼ਨ ਇਹਨਾਂ ਰਾਹਾਂ ਥਾਣੀ ਜਾਂਦਾ ਏ, ਉਦੋਂ ਵੀ ਬਾਹਰੋਂ ਹੀ ਅਨਾਜ ਜਾਂਦਾ ਸੀ, ਦੁੱਧ ਸ਼ਹਿਰੋਂ ਬਾਹਰ ਹੀ ਜਾਂਦਾ ਸੀ, ਪਾਣੀ ਵੀ ਬਾਹਰੋਂ ਜਾਂਦਾ। ਅਤੇ ਸਿੰਘਾਂ ਨੇ ਕੀ ਕੀਤਾ ਵੀ ਜਿਸ ਰਾਹ ਥਾਣੀ ਅਨਾਜ ਜਾਂਦਾ ਸੀ ਦਿੱਲੀ ਦਾ, ਸਿੰਘਾਂ ਨੇ ਜਾ ਕੇ ਉਹ ਰਸਤੇ ਤੋਂ ਅਨਾਜ ਸ਼ਹਿਰ ਵਿੱਚ ਜਾਣਾ ਰੋਕਤਾ। ਇੱਧਰ ਖਾਲਸੇ ਨੇ ਜਦੋਂ ਹੁਣ ਬਾਂਗਰ ਦੇਸ਼ ਦੀ ਕੌਣ ਦੇ ਵਿੱਚ ਜਾ ਕੇ ਅਬਦਾਲੀ ਦਾ ਰਾਹ ਰੋਕ ਲਿਆ ਅਤੇ ਰਸਤਾ ਬਸਤਾ ਵੀ ਦਿੱਲੀ ਵਿੱਚ ਜਾਣੀਆਂ ਬੰਦ ਕਰ ਦਿੱਤੀਆਂ ਅਤੇ ਸ਼ਹਿਰ ਦੇ ਵਿੱਚ ਹਾਹਾਕਾਰ ਮੱਚ ਗਏ, ਕਈ ਦਿੱਲੀ ਛੱਡ ਕੇ ਭੱਜਣ ਲੱਗ ਪਏ ਵੀ ਉੱਧਰ ਅਬਦਾਲੀ ਆ ਰਿਹਾ ਏ, ਇੱਧਰ ਦਿੱਲੀ ਦੇ ਵਿੱਚ ਨਜੀਬਾ ਪਠਾਨ ਬੈਠਾ ਏ, ਉੱਧਰ ਦੂਸਰੇ ਪਾਸੇ ਭਰਤਪੁਰੀਆ ਸਰਦਾਰ ਹੈ, ਮਰੱਟੇ ਵੀ ਆ ਗਏ ਹੈ, ਫਰੰਗੀ ਵੀ ਆ ਗਏ ਹੈ, ਅਤੇ ਇੱਧਰ ਸਿੰਘ ਵੀ ਆ ਕੇ ਬਹਿ ਗਏ ਆ ਵੀ ਇੱਥੇ ਹੁਣ ਬੜਾ ਜੰਗ ਵੱਡਾ ਹੀ ਹੋਵੇਗਾ, ਲੋਕ ਦਿੱਲੀ ਛੱਡ ਕੇ ਭੱਜ ਕੇ ਡਰਦੇ ਆ। ਉਹ ਰਹਿਮਤ ਸ਼ਾਹ ਅਬਦਾਲੀ ਜੰਡਿਆਲੇ ਬੈਠਾ ਸੀ ਅਜੇ, ਉਹਦੇ ਸਿੰਘਾਂ ਨੇ ਜਾ ਕੇ ਦਿੱਲੀ ਦਾ ਰਾਹ ਵੀ ਰੋਕ ਲਿਆ, ਕਿਉਂਕਿ ਤਾਜ਼ਾ ਤਾਜ਼ਾ ਹੀ ਸ਼ਹੀਦੀ ਹੋਈ ਸੀ ਬਾਬਾ ਗੁਰਬਖਸ਼ ਸਿੰਘ ਜੀ ਦੀ, ਕਹਿੰਦੇ ਬਦਲਾ ਲੈਣ ਦਾ ਸਮਾਂ ਆ ਗਿਆ। ਅਤੇ ਜਦੋਂ ਅਬਦਾਲੀ ਨੂੰ ਪਤਾ ਲੱਗਾ ਨਾ ਵੀ ਭਰਤਪੁਰੀਏ ਜਵਾਹਰ ਮੱਲ ਨੇ ਖਾਲਸੇ ਦੀ ਮਦਦ ਲੈ ਲਈ ਹੈ ਅਤੇ ਸਿੰਘਾਂ ਨੇ ਤੇ ਜਾ ਕੇ ਪਾਣੀਪਤ ਦੇ ਰਾਹ ਦੇ ਝੰਡੇ ਗੱਡ ਦਿੱਤੇ ਹੈ,
जंडियाले बैठा होया अहमद शाह बदाली ये चित दे विच बड़ी चिंता कहिंदे बहुता ही संसा बड़ा फिक्र पै गया भी हुण की बनेगा इहदा हौका जिहा कहिंदे निकलिया बदाली दा बड़े सालां दा हुंदा सी इहनूं पता सी भी इह जिहड़े सिंघ आए इहदे कल्ले ही नहीं सी मैनूं छड्डदे इहदे कल्ले ही माणने हुण ते इहदे नाल भरतपुरिया सरदार भी पंथ दे नाल रल गए मरट्टे भी उधरों नाल ने फरंगी भी नाल ने ते मेरा दे हुण कहिंदे भी इहनां ने चंगा नुकसान करना है इहदे नक दे उत्ते हरिमंदर साहिब दी इट वज के ते नसूर भी होया सी ਉਹ ਜ਼ਖਮ ਜਿਹੜਾ ਸੀ ਉਹ ਵੀ ਇਹਨੂੰ ਤੰਗ ਕਰਦਾ ਸੀ ਜਿਸ ਕਰਕੇ ਇਹਨੇ ਸਿਰ ਮਾਰਿਆ ਮੰਜੇ 'ਤੇ ਬੈਠਾ ਸੀ ਪੈਰਾਂ ਦੇ ਨਾਲ ਜ਼ਮੀਨ ਪੁੱਟਣ ਲੱਗ ਪਿਆ ਵੀ ਹੁਣ ਮੈਂ ਕੀ ਕਰਾਂ ਕਿਉਂਕਿ ਪੰਥ ਦੇ ਹੱਥ ਵੇਖੇ ਸੀ ਵੀ ਸਿੰਘ ਤਾਂ ਮੈਨੂੰ ਜਿੰਨੀ ਵਾਰਾਂ ਵੀ ਆਇਆ ਇਹਨਾਂ ਨੇ ਮੈਨੂੰ ਤੰਗ ਕੀਤਾ ਅੱਗੇ ਤਾਂ ਮੈਨੂੰ ਵਾਪਸ ਮੁੜਦੇ ਨੂੰ ਟੱਕਰਦੇ ਸਨ ਐਰ ਕੀ ਤੇ ਹੁਣ ਮੈਨੂੰ ਦਿੱਲੀ ਵੱਲ ਜਾਂਦੇ ਆ ਪਹਿਲਾਂ ਹੀ ਅੱਗੋਂ ਟੱਕਰ ਗਏ ਨੇ ਅਹਿਮਦ ਸ਼ਾਹ ਅਬਦਾਲੀ ਕਹਿੰਦਾ ਵੀ ਜਿਹੜਾ ਮਰੱਟਾ ਸੀ ਨਾ ਮਰੱਟਿਆਂ ਦਾ ਸਰਦਾਰ ਭਾਊ ਕਹਿੰਦੇ ਉਹਦੀ ਬਹੁਤ ਭਾਰੀ ਫੌਜ ਮੇਰੇ ਨਾਲ ਅੱਗੇ ਲੜੀ ਸੀ ਪਿਛਲੇ ਸਮੇਂ ਉਹਦੀ ਫੌਜ ਦੇ ਕਹਿੰਦੇ ਵੀ ਮੈਂ ਚੰਗੀ ਤਰ੍ਹਾਂ ਨਿਵਾਰ ਦਿੱਤੀ ਸੀ ਭਾਵ ਵੀ ਚੰਗੀ ਤਰ੍ਹਾਂ ਉਹਦਾ ਦੇ ਖਾਤਮਾ ਕਰਕੇ ਲੱਕ ਤੋੜ ਦਿੱਤਾ ਸੀ ਮਰੱਟਿਆਂ ਦਾ ਪਹਿਲਾਂ ਦੇ ਕਹਿੰਦੇ ਵੀ ਮਰੱਟੇ ਮਦਦ 'ਤੇ ਆਏ ਸੀ ਭਰਤਪੁਰੀਏ ਰਾਜੇ ਦੀ ਪਰ ਮੈਂ ਉਹਨਾਂ ਦੀ ਤਾਂ ਚੰਗੀ ਜਿਹੜੀ ਆ ਨਾ ਖੁੰਭ ਠੱਪ 'ਤੇ ਪਰ ਹੁਣ ਕਹਿੰਦਾ ਵੀ ਕੰਮ ਔਖਾ ਹੋ ਗਿਆ ਹੁਣ ਭਚੰਗੀ ਗੁਰੂ ਕੇ ਨੀਲੇ ਬਾਣੇ ਵਾਲੇ ਨਿਹੰਗ ਸਿੰਘ ਜਾ ਕੇ ਰਲ ਗਏ ਹਨ ਉਹ ਡਰ ਗਿਆ ਜੰਡਿਆਲੇ ਬੈਠਾ ਹੀ ਕਹਿੰਦਾ ਇਹਦੇ ਧੁਰ ਤੋਂ ਰਾਮ ਜੰਗੇ ਬੰਦੂਕਾਂ ਦੇ ਨਿਸ਼ਾਨੇ ਲਾਉਣ ਦੇ ਵਿੱਚ ਬੜੇ ਵੱਡੇ ਮਾਹਰ ਨੇ ਇਹਨਾਂ ਦੀ ਤਾਂ ਇੱਕ ਵੀ ਗੋਲੀ ਖਾਲੀ ਨਹੀਂ ਜਾਂਦੀ ਗੋਲੀਆਂ ਮਾਰ ਮਾਰ ਕੇ ਇਹਨਾਂ ਮੇਰੇ ਪਠਾਨ ਮਾਰ ਦੇਣੇ ਨੇ ਅਬਦਾਲੀ ਕਹਿ ਰਿਹਾ ਹੈ ਆਪਣੇ ਨਾਲ ਸਲਾਹ ਕਰ ਰਿਹਾ ਮੀਟਿੰਗ ਕਰ ਰਿਹਾ ਕਹਿੰਦਾ ਹੁਣ ਦੱਸੋ ਕੀ ਕਰੀਏ ਕਿਉਂਕਿ ਤੁਹਾਨੂੰ ਵੀ ਪਤਾ ਹੈ ਅਤੇ ਮੈਨੂੰ ਵੀ ਪਤਾ ਹੈ ਵੀ ਇਹ ਜਿਹੜੇ ਗੁਰੂ ਕੇ ਸਿੰਘ ਨੇ ਬੜੇ ਵੱਡੇ ਸੂਰਮੇ ਹੈ ਅਤੇ ਸੂਰਮਿਆਂ ਦੇ ਨਾਲ ਵੱਡੇ ਦਲੇਰ ਹੈ ਵਹਿੰਦੇ ਨਹੀਂ ਵੀ ਸਾਹਮਣੇ ਲੱਖ ਹੈ ਜਾਂ 2 ਲੱਖ ਹੈ ਕਹਿੰਦੇ ਇਕੱਲਾ ਹੀ ਜਕਾਰੇ ਛੱਡਦਾ ਵਿੱਚ ਆ ਵੜਦਾ ਜਿਵੇਂ ਭਾਈ ਹਠੂਰ ਸਿੰਘ ਮਝੈਲ ਦੀ ਸਾਖੀ ਸੁਣੀ ਨਾ ਪਿੱਛੇ ਉਹ ਇਕੱਲਾ ਹੀ ਅਬਦਾਲੀ ਦੇ ਡੇਰੇ 'ਤੇ ਜਾ ਪਿਆ ਸੀ ਵੀ ਅਬਦਾਲੀ ਨੂੰ ਮਾਰਨਾ ਹੈ ਇਸ ਕਰਕੇ ਅਬਦਾਲੀ ਨੂੰ ਪਤਾ ਸੀ ਵੀ ਇਹਦੇ ਇਕੱਲਾ ਇਕੱਲਾ ਹੀ ਨਹੀਂ ਮਾਣ ਕਹਿੰਦੇ ਵੀ ਜਿਹੜੇ ਸਿੰਘ ਹੈ ਆਪ ਬਾਜ ਬਣੇ ਫਿਰਦੇ ਆ ਤੇ ਸਾਨੂੰ ਤੇ ਕਹਿੰਦੇ ਬਟੇਰੇ ਹੀ ਸਮਝਦੇ ਆ ਵੀ ਇਹ ਤਿੱਤਰ ਬਟੇਰੇ ਹਨ ਪਠਾਨ ਅਬਦਾਲੀ ਡਰ ਗਿਆ ਕਹਿੰਦਾ ਮੈਂ ਪਿਛਲੀ ਵਾਰ ਆਇਆ ਸੀ ਤੇ ਜਿਹੜੀ ਮੈਂ ਮਰੱਟਿਆਂ ਦੇ ਕੋਲੋਂ ਜਿੱਤ ਹਾਸਲ ਕਰਕੇ ਗਿਆ ਸਾਂ ਕਿ ਏਦਾਂ ਨਾ ਹੋਵੇ ਵੀ ਮੈਂ ਜੇ ਦਿੱਲੀ ਚਲਾ ਗਿਆ ਤੇ ਮੇਰੀ ਫਤਿਹ ਜਿਹੜੀ ਹੈ ਸਿੰਘ ਖੋ ਲੈਣ ਇਹ ਰਲ ਜਾਣ ਤੇ ਜਿਹੜੀ ਮੈਂ ਪਹਿਲਾਂ ਜਿੱਤ ਕੀਤੀ ਸੀ ਤੇ ਮੇਰੀ ਜੈ ਜੈਕਾਰ ਹੋਈ ਵੀ ਅਬਦਾਲੀ ਜਿੱਤ ਗਿਆ ਕਹਿੰਦੇ ਇਸ ਵਾਰ ਏਦਾਂ ਨਾ ਹੋਵੇ ਵੀ ਸਾਰੇ ਆਖੜੋ ਅਬਦਾਲੀ ਹਾਰ ਕੇ ਗਿਆ ਏ ਏਦਾਂ ਦੀਆਂ ਕਈ ਸਲਾਹਾਂ ਆਪਣੇ ਨਾਲ ਦੇ ਸਾਥੀਆਂ ਦੇ ਨਾਲ ਅਬਦਾਲੀ ਨੇ ਕੀਤੀਆਂ ਮਨ ਦੇ ਵਿੱਚ ਝੂਰਦਾ ਵੀ ਹੈ ਵੀ ਮੈਂ ਕਾਹਤੋਂ ਲਾਲਚ ਕਰ ਬੈਠਾ 30 ਕਰੋੜ ਦਾ ਵੀ 8 ਵਾਰ ਅੱਗੇ ਬਥੇਰਾ ਪੈਸਾ ਲੁੱਟ ਕੇ ਖੜਿਆ ਵੀ ਹੁਣ ਫਿਰ ਆ ਗਿਆ ਤੇ ਨਾਲੇ ਸਰੀਰ ਵੀ ਕੰਬਦਾ ਹੈ ਨਾਲੇ ਡਰਦਾ ਵੀ ਹੈ ਅਬਦਾਲੀ ਕਹਿੰਦਾ ਸਾਥੀਆਂ ਨੂੰ ਵੀ ਜੇ ਮੈਂ ਇੱਥੋਂ ਜੰਡਿਆਲੇ ਤੋਂ ਵਾਪਸ ਮੁੜਦਾ ਨਾ ਉੱਧਰ ਤੇ ਸਿੰਘ ਵੀ ਨਾਲ ਰਲ ਗਏ ਹੈ ਤੇ ਜੇ ਜੰਡਿਆਲੇ ਤੋਂ ਵਾਪਸ ਮੁੜਦਾ ਤੇ ਮੈਨੂੰ ਲੱਜਾ ਲੱਗ ਜਾਊ ਮੇਰੀ ਇੱਜ਼ਤ ਨੂੰ ਵੱਟਾ ਲੱਗ ਜਾਊਗਾ ਜਾਂਦਿਆਂ ਨੂੰ ਕਹਿਣਗੇ ਅਬਦਾਲੀ ਆ ਗਿਆ ਜਿੱਤ ਕੇ ਪਾਲੇ ਜਿੱਤ ਦੇ ਸਿਰੇ ਆਪਣੇ ਗਲ ਵਿੱਚ ਤੇ ਮੈਂ ਜੰਡਿਆਲੇ ਤੋਂ ਕਹਿੰਦਾ ਵੀ ਦਿੱਲੀ ਵੱਲ ਜਾਂਦਾ ਹੈ ਤੇ ਹੁਣ ਮੈਨੂੰ ਪਤਾ ਹੈ ਵੀ ਮੇਰਾ ਕੰਮ ਸਰਨਾ ਨਹੀਂ ਇਹਨਾਂ ਸਿੰਘਾਂ ਨੇ ਨਹੀਂ ਮੇਰੀ ਗੱਲ ਬਣ ਦੇਣੀ ਅੱਗੇ ਤਾਂ ਇਹਨਾਂ ਕੋਲ ਸ਼ਸਤਰਾਂ ਦੀ ਘਾਟ ਹੁੰਦੀ ਸੀ ਹੁਣ ਤਾਂ ਸ਼ਸਤਰ ਭਰਤਪੁਰੀਏ ਸਰਦਾਰ ਨੇ ਸਪਲਾਈ ਕਰੀ ਜਾਣੇ ਹੈ ਮਗਰੋਂ ਹਥਿਆਰ ਆਈ ਜਾਣੇ ਆ ਤੇ ਮਾਰੀ ਸਾਡੀ ਫੌਜ ਨੂੰ ਸਿੰਘਾਂ ਨੇ ਇਕੱਲੇ ਹੀ ਜਾਣਾ ਹੈ ਅਬਦਾਲੀ ਇੰਨਾ ਡਰਿਆ ਵੀ ਹੁਣ ਇਹਦਾ ਤੁਰਨ ਨੂੰ ਜੀਤਾ ਨਾ ਕਰੇ ਪਰ ਹੌਲੀ ਹੌਲੀ ਕਹਿੰਦੇ ਵੀ ਮੱਜਲ ਕਰਕੇ ਤੁਰਦਾ ਹੈ 2 ਕੋ 3 ਕੋ ਤੁਰਦਾ ਹੈ ਜਿੱਦਾਂ ਜੰਡਿਆਲੇ ਤੋਂ ਤੁਰਿਆ
ते आ के ते फिर इन्हें इत्थे टांगरे डेरा कर लिया, टांगरे तो तुरिया खर्ची कर लिया, खर्चियां तो तुरिया ब्यास। कहिंदे भी इन्ना इन्ना तुरदा है ते फिर रुक जांदा है कि भी समा लंघ ही जावे। ये दिल में सोचता सी भी मेरे जान तो पहला ही दिल्ली च लड़ाई हो जावे, जा नजीबा हार जूगा जा जित जाऊगा, तो मैं बाद में दिल्ली पहुंचांगा। जे कोई आ के कहिंदा ना भी अबदाली नूं भी शाह जी तुसी छेती क्यों नहीं करते, क्योंकि ये वह अबदाली है जिहड़ा सौ सौ कोह तो हला करके पै जांदा सी। जदों वड्डा घल्लूघारा होया तो लाहौर तो सीधा आ के सिंघां दे पिया सी उत्थे जगरावां दे नेड़े, ते हुण उही अबदाली है। सिंघां दा नाम सुन के हथ वेखदे ने भी ये मरदे नहीं, जतन कर लिया ये मुकदे नहीं, ये खत्म नहीं होंदे, ते अकाल ही अकाल करके आ के सिर वढ़ दिंदे आ साडे सिपाहियां दा। अबदाली दे नाल दे कहिंदे जे कोई पुछदा भी सरदार साहब तुसीं छेती क्यों नहीं दिल्ली जांदे, नेड़े नेड़े क्यों डेरा करदे, उहदे अगो इदां जवाब दिंदा है। ਉਹ ਕਹਿੰਦਾ ਵੀ ਉਹ ਮੈਂ ਹੌਲੀ ਹੌਲੀ ਤਾਂ ਜਾਣਾ, ਹੌਲੀ ਹੌਲੀ ਕਰ ਮਜ਼ਲ ਡੇਰੇ ਘਣੇ ਰਖਾਏ। ਲੋਕਾਂ ਨੇ ਪੁੱਛਿਆ, ਕਹਿੰਦਾ ਵੀ ਮੇਰੀ ਫੌਜ ਪਿੱਛੋਂ ਆ ਰਹੀ ਹੈ, ਕਹਿੰਦਾ ਮੈਂ ਤਾਂ ਹੌਲੀ ਚੱਲ ਰਿਹਾ ਵੀ ਮਗਰੋਂ ਜਿਹੜੀ ਫੌਜ ਆ ਰਹੀ ਹੈ ਨਾ ਉਹ ਮੇਰੇ ਦੇ ਨਾਲ ਰਲ ਜਾਵੇ। ਉੱਧਰ ਰਹੇਲੇ ਨਜੀਬ ਖਾਨ ਕੋਲ ਖਬਰ ਗਈ ਵੀ ਅਬਦਾਲੀ ਜਿਹੜਾ ਹੈ ਵੀ ਉਹ ਪੈਰ ਪਛਾਹ ਨੂੰ ਖਸਕਾਉਂਦਾ ਫਿਰਦਾ ਹੈ, ਅਤੇ ਦਿੱਲੀ 'ਚ ਬੈਠਾ ਜਿਹੜਾ ਨਜੀਬ ਖਾਨ ਰਹੇਲਾ ਪਠਾਨ ਸੀ ਉਹਨੂੰ ਵੀ ਪਤਾ ਲੱਗ ਗਿਆ ਵੀ ਅਬਦਾਲੀ ਦੇ ਵਿੱਚ ਹੁਣ ਦਮ ਨਹੀਂ ਹੈਗਾ, ਨਹੀਂ ਤਾਂ ਇਹ ਅਬਦਾਲੀ ਤਾਂ ਦੋਵਾਂ ਦਿਨਾਂ 'ਚ ਲਾਹੌਰ ਤੋਂ ਦਿੱਲੀ ਆ ਜਾਂਦਾ ਸੀ, ਅਤੇ ਅੱਜ ਕਈ ਦਿਨ ਹੋ ਗਏ ਹੈ ਜੰਡਿਆਲੇ ਤੋਂ ਬਿਆਸ ਦੇ ਆ ਤੋਂ ਪਾਰ ਹੀ ਨਹੀਂ ਹੋਇਆ। ਇਹ ਗੱਲ ਸੋਚ ਰਿਹਾ ਦਿੱਲੀ 'ਚ ਬੈਠਾ ਨਜੀਬ ਖਾਨ ਪਠਾਨ ਵੀ ਇਹ ਅਬਦਾਲੀ ਉਹੀ ਹੈ ਜਿਹੜਾ 30-40 ਕੋਹ ਪੈਂਡਾ ਤੇ ਆਮ ਹੀ ਤੈਅ ਕਰਦਾ ਸੀ, ਤੇ ਹੁਣ ਪਤਾ ਨਹੀਂ ਵੀ 3-4 ਕੋਹ ਤੇ ਡੇਰਾ ਕਰ ਲੈਂਦਾ ਏ। ਇਹ ਪੈਰ ਖਸਕਾਉਂਦੇ ਵੇਖ ਕੇ ਨਾ ਤੇ ਅਹਿਮਦ ਸ਼ਾਹ ਅਬਦਾਲੀ ਨੂੰ ਰਹੇਲੇ ਪਠਾਨ ਨੇ ਤਾਂ ਚਿੱਠੀ ਲਿਖ ਕੇ ਭੇਜੀ ਵੀ ਅਬਦਾਲੀ ਨੂੰ, ਅਹਿਮਦ ਸ਼ਾਹ ਜੀ ਛੇਤੀ ਆਓ, ਇੱਥੇ ਤਾਂ ਰਾਸ਼ਨ ਪਾਣੀ ਬੰਦ ਕਰ ਦਿੱਤਾ ਹੈ। ਅਤੇ ਅੱਗੋਂ ਅਬਦਾਲੀ ਚਿੱਠੀ ਲਿਖ ਕੇ ਭੇਜਦਾ ਹੈ, ਕਹਿੰਦਾ ਅਸਲ ਦੇ ਵਿੱਚ ਗੱਲ ਇਹ ਹੈ ਵੀ ਆ ਤਾਂ ਮੈਂ ਦੋਵਾਂ ਦਿਨਾਂ 'ਚ ਹੀ ਜਾਣਾ ਸੀ, ਮੇਰੀ ਫੌਜ ਵਿੱਚ ਕਹਿੰਦਾ ਹੈਜੇ ਦੀ ਬਿਮਾਰੀ ਪੈ ਗਈ ਹੈ, ਮੇਰੇ ਸਿਪਾਹੀ ਢਿੱਲੇ ਹੋ ਗਏ ਹੈ, ਬਿਮਾਰ ਹੋ ਕੇ ਮਰੀ ਜਾਂਦੇ ਹੈ, ਅਤੇ ਮੈਂ ਇਸ ਕਰਕੇ ਕਹਿੰਦੇ ਦੇਰ ਲਾ ਰਿਹਾ ਹਾਂ। ਕਿਉਂਕਿ ਜਿੱਦਣ ਦੀ ਫੌਜ ਇਸ ਵਾਰ ਇੱਧਰ ਨੂੰ ਆਈ ਆ ਨਾ ਲਾਹੌਰ ਤੋਂ ਅੱਗੇ, ਅਬਦਾਲੀ ਲਿਖ ਕੇ ਭੇਜਦਾ, ਬਹਾਨਾ ਬਣਾਉਂਦਾ ਹੈ ਦਿੱਲੀ ਦੇ ਪਠਾਨ ਨੂੰ, ਕਹਿੰਦਾ ਮੈਂ ਆ ਤੇ ਤੇਰੀ ਮਦਦ 'ਤੇ ਅੱਜ ਹੀ ਜਾਂਦਾ, ਪਰ ਹਜੇ ਮੇਰੀ ਫੌਜ ਦੇ ਸਿਪਾਹੀ ਜਿਹੜੇ ਆ ਇਹਨਾਂ ਨੂੰ ਦਸਤ ਜੇ ਲੱਗੇ, ਉਲਟੀਆਂ ਕਰਦੇ, ਬਿਮਾਰ ਹੈ, ਬੜੇ ਦੁਆ ਦਾਰੂ ਕਰ ਰਹੇ ਹੈ, ਅਤੇ ਜੇ ਫੌਜ ਹੀ ਬਿਮਾਰ ਹੋਈ ਤਾਂ ਦੱਸ ਜੰਗ ਕਿਵੇਂ ਲੜਨਗੇ। ਪਰ ਤੂੰ ਕੋਈ ਨਹੀਂ ਹੌਂਸਲਾ ਰੱਖ, ਵੀ ਮਹੀਨਾ ਕੁ ਲੰਘ ਜੂਗਾ ਜਦੋਂ ਸਰੀਰ ਦਾ ਰੋਗ ਮੇਰੀ ਫੌਜ ਦਾ ਮਿਟ ਜਾਵੇਗਾ, ਨਹੀਂ ਤਾਂ ਬਿਮਾਰੀ ਦਾ ਟਾਈਮ ਥੋੜ੍ਹਾ ਹੁੰਦਾ, ਭਾਵੇਂ ਇੱਕ ਦਿਨ 'ਚ ਖਤਮ ਹੋਵੇ ਅਤੇ ਭਾਵੇਂ ਸਾਰੀ ਉਮਰ ਨਾ ਹੋਵੇ, ਪਰ ਬਹਾਨਾ ਬਣਾਉਂਦਾ ਹੈ, ਕਹਿੰਦਾ ਵੀ ਮਹੀਨਾ ਕੁ ਲੰਘ ਜਾਵੇਗਾ ਜਦੋਂ, ਕਿਉਂਕਿ ਬਿਮਾਰ ਬੰਦੇ ਨੂੰ ਲੈ ਕੇ ਅਤੇ ਮੈਂ ਕਿੱਦਾਂ ਲੜਾਂਗਾ, ਜੇ ਲੜਿਆ ਤਾਂ ਆਪਣਾ ਲੜਿਆ ਨਹੀਂ ਜਾਣਾ, ਅਤੇ ਨਾਲ ਹੀ ਲਿਖ ਕੇ ਕਹਿੰਦਾ ਵੀ ਕੋਈ ਨਾ ਤੂੰ ਫਿਕਰ ਨਾ ਕਰ, ਮੈਂ ਆਪਣੇ ਘਰੋਂ ਆਪਣੇ ਕਾਬਲ ਸ਼ਹਿਰ ਤੋਂ ਹੋਰ ਨਵੀਂ ਫੌਜ ਮੰਗਾਈ ਹੈ, ਵੀ ਇਹ ਜਿਹੜੇ ਬਿਮਾਰ ਹੈ ਇਹ ਇੱਥੇ ਛੱਡ ਜਾਂਗੇ, ਅਤੇ ਨਵੀਂ ਫੌਜ ਲੈ ਕੇ ਮੈਂ ਤੇਰੀ ਮਦਦ ਆਵਾਂਗਾ। ਜਦੋਂ ਫੌਜ ਮੇਰੀ ਆ ਗਈ ਤੇ ਉਦੋਂ ਆਉਂਦਿਆਂ ਸਾਹ ਬਸ ਆਪਾਂ ਲੜਾਈ ਸ਼ੁਰੂ ਕਰ ਦੇਣੀ ਹੈ, ਕਹਿੰਦਾ ਬਸ ਇੱਕ ਦੇ ਮਹੀਨੇ ਦੀ ਗੱਲ ਹੈ ਵੀ ਇੱਕ ਮਹੀਨੋਂ ਰੱਖ ਤੇ ਮਿਲ, ਇੱਕ ਮਹੀਨਾ ਜਿਵੇਂ ਕਿਵੇਂ ਕਰਕੇ ਕਹਿੰਦੇ ਤੂੰ ਕੱਢ ਲਾ। ਅਬਦਾਲੀ ਕਹਿੰਦਾ ਨਜੀਬ ਖਾਨ ਰੇਲੇ ਨੂੰ ਵੀ ਇੱਕ ਮਹੀਨੇ ਬਾਅਦ ਮੈਂ ਐਨ ਤਾਜ਼ਾ ਦਮ ਫੌਜ ਲੈ ਕੇ ਤੇਰੀ ਮਦਦ ਕਰਾਂਗਾ,
फिर कहिंदा वेखी तू मेरा तजर्बा मेरी दे उम्र लंघी है लड़दियां ने बदाली कहिंदा महीना क कट ला फिर वेखी तू मेरा तजर्बा लड़ाई दा अपनी जान दा खौफ है भी तैर कि मैं मर ना जावां कि मैनू सिंह मार ना देण भरतपुरिए दी फौज दे नाल मिलके कीता भी मरदिया करदिया जंडियाले तो कई दिन बाद अंबाले पहुंचया ते अंबाले डेरा कर लिया इतों जाके चिट्ठिया लेके धमकिया जी दई जांदा वैसे ही कहिंदा भी दिल्ली का घेरा छड के भज जाओ नहीं तो मैं आ गया जे मैं अंबाले बैठा जे हुण उन्होंने भी पता सी इन्हें अंबाले थोड़ा बहना सी इन्हें सीधा दिल्ली नूं आउणा सी जिहदे विच दम हुंदा उधर कहिंदे भी जट जवार मल ने भी पूरी तैयारी कर ली उन्हें तैयारी की भी जे अबदाली आ गया है तो आप अकल वांडी हो गए तो इन्होंने नाल जंग युद्ध करांगे जवार मल ने किया भी फौज बड़ी कठी कर ली राजपूत भी कठे कर ले मराठिया भी सद लिया बराड़ भी सूरमे होंगे सी भी सद ले ते जेड़े दादू पंचीए सन है डेरेदार से पर भी शस्त्र रखते होंगे सी दादू पंचीए भी सद ले गुसाइया का भी पंच है वेखो डेरे वाले उदू शस्त्र रखते होंगे सन गुसाई भी आ गए भइए भी आ गए इधर बिहार यूपी के जेडे सरदार पहाड़िए भी सद ले ते फरंगिया नूं भी सद लिया होर भी बड़े सरदार सद ले जवाब मल से इन्हें अपने सारे भरावान जेड़े सद के गल कह दिते जवाब मल कहिंदा भी हुण गिलजिया दे उते आपां चढ़ाई करके जाना है सब तो पहला आपां इस हिंद दे विचों गिलजे पठाणा नूं कढ़ना एक भी पठान नहीं छड़ना फिर आ गए आप दिल्ली के कब्जा करांगे पहला अहमद शाह अब्दाली नूं भजाइए जिहड़े सरदार से उन्हें भी सलाह मान ली भी चलो आप अब्दाली नाल ही पहला जंग करते हाँ जिवें सारी जवार मल भरतपुरिए ने विचार करके ते कहा भी दिल्ली बाद च आप जितांगे उतों घेरा चुक लो तो चलो अब्दाली अंबाले बैठा तो उधर नूं चलते हाँ जिहड़ा गुरु का खालसा है पानीपत बैठे ने इन्हें राह रोकया दिल्ली का तो ये उतों खालसे लई माया रस्ता बस्ता घली जांदा इहनूं पता है भी खालसे तो बिना गल नहीं बननी भावें अगे होर मराठे 3 लख सी उन्होंने होंदे नहीं मैं हरा सकिया अब्दाली नूं ये सिंह ही ने जिहड़े अब्दाली का मूँह भन्नणगे अपनी गिणती भी सारी पहुँचा दित्ती नहीं अपनी भी सारी सलाह भेज दी भी खालसा जी तुसी तैयार बुर तैयार रहो असी भी आ रहे हैं तो आप जेड़ा इन्नी फौज हो गई है तो अब्दाली नूं हुण छड़ना नहीं है खालसे ने उहदा सुनेहा सुन के तो सहारा दिता तो धीरज दिंदे आ जवाब मल नूं कहण लगे कहण लगे जवाब मल तेनू अगे आउण दी लोड़ नहीं अगे गुरु का खालसा खलोता है तू बस सिंघां नूं खर्च दिंदा जा शस्त्र भेजदा रह माया भेजदा रह कहिंदे भी साडे मगर दारू सिक्के की कोई बरूद की कमी ना आवे अब्दाली दे मारे ही लै अब्दाली आवे ना सही उहदा सिर असी वढांगे सरदार चरण सिंह कहिंदा जे अब्दाली नेड़े आ उहदे दा सिर वढ के मैं बरशे ते टांग के लै के आवांगा ਇਹ ਗੱਲ ਜਿਹੜੀ ਸਿੰਘਾਂ ਵਾਲੀ ਸੀ ਨਾ ਇਹ ਦਿੱਲੀ ਵਿੱਚ ਬੈਠਾ ਰੋਹੇਲਾ ਪਠਾਨ ਜਿਹਨੇ ਅਬਦਾਲੀ ਨੂੰ ਸੱਦਿਆ ਸੀ ਉਹਦੇ ਕੰਨਾਂ 'ਚ ਆਵਾਜ਼ ਚਲੇਗੀ ਵੀ ਇੱਧਰ ਤਾਂ ਰਾਹ ਰੋਕ ਕੇ ਖਾਲਸਾ ਬੈਠਾ ਹੈ ਅਤੇ ਜਿਹੜਾ ਜਵਾਹਰ ਮੱਲ ਹੈ ਇਹ ਵੀ ਫੌਜਾਂ ਬੜੀਆਂ ਇਕੱਠੀਆਂ ਕਰੀ ਫਿਰਦਾ ਏ ਕਹਿੰਦੇ ਵੀ ਜਿਹੜਾ ਅਬਦਾਲੀ ਦਾ ਚੇਲਾ ਬਣਿਆ ਫਿਰਦਾ ਸੀ ਨਾ ਰੋਹੇਲਾ ਪਠਾਨ ਉਹਦੀ ਤਾਂ ਹੋਸ਼ ਭੁੱਲ ਗਈ ਕਹਿੰਦਾ ਵੀ ਐਤਕਾ ਖਾਲਸਾ ਵੀ ਮਦਦ ਆ ਗਿਆ ਜਵਾਹਰ ਮੱਲ ਦੇ
कहते पता कि हूँ इदा हो अबदाली राह तो भजदे पठान पता लग गया कहता इदा ना हो सिंह भी राह रोकी बैठे है तो अबदाली राह मुड़ जाए क्योंकि अबदाली के कोल इन्होंने समान हूँ फौज नहीं है। इधर गुरु के सिंह मरटे फिर बिहार के सरदार होर बराड़ जाट कि कुछ कहता भी ये कट्ठे हो फिरते ने एक थान से अबदाली के कोल तो इन्होंने ना लड़न जिनी फौज ही नहीं हूँ है गई। कहिंदे भी भाऊ मरटे मारिया सी अबदाली ने कहिंदे मारते ता लिया क्योंकि वह परदेसी सी। सात संगत इतिहासकार दसते हैं भी जिहड़े मरटे सी उन्हां दी हार दा एक कारण यह सी भी एक तां कुछ उन्हां नूं जाटा ने जिहड़ा सी उह गदारी कर गए ते दूसरा यह होया भी उह रहिंदे सी दखण च उत्थे ठंड नहीं हुंदी ते पहली वारां उत्तर च आए सी उन्हां कोल ठंड ही नहीं चली गई वो ठंड दे नाल ही मुकाबला नहीं कर सके उन्हां अबदाली नाल की करना सी। ते नजीब खां रेला पठान कहिंदा भी पहलां दे अबदाली ने की कीता पहलां दे मार लिया उन्हें मरटियां नूं वो सी परदेसों आए ये तो सारे इतों के रहन आए है कोई पंजाब तो आया है कोई दिल्ली के नेड़े नेड़े हुण इन्हां कोल अबदाली बचदा नहीं है दे बचना कहिंदा हुण मैं भी नहीं है ये तो यह डर रहा है। जिवें सात संगत जी गुरु के खालसे के प्रताप के नाल अहमद शाह अबदाली पहली वार अंबाले तो ही वापस मुड़ गया दिल्ली वालू आया ही नहीं तो दिल्ली का जिहड़ा पठान सी वह जवाहर मल के पैरी पै गया उन्हें धी का डोरा दे दिता भी आ तेरे प्यो का बदला पूरा हो गया भी मैनू तू कुछ ना कही। जिवें गुरु पंथ खालसे की महिमा गुरु पंथ खालसे ने दिल्ली दे विच जा के शहीदां दे बुंगे बनाए ये प्रसंग आपां वाले समय सरवण करांगे। पातशाह दे खालसे दी इतिहास दी विचार करदिआं होईआं अनेकां भुल्लां गलतियां बख्श देणियां गुरु साहिब दे पंथ बख्शणहार है बख्श लैणा। 6, 7 ते 8 अगस्त गुरु के बाग दा मोर्चा उहनूं 100 साल पूरे हो रहे हन जिवें अकालियां ने कुरबानियां कीतीआं जिवें सिंघां ने अपना सिदक विखाया उसकी याद के 6, 7, 8 अगस्त में श्रोमणी गुरुद्वारा प्रबंधक कमेटी वालों समुचे पंथ के नाल मिल के बड़े समागम हो रहे ने। आप जी ने इन समागमों में हाजरियां भर के लाहा प्राप्त करना कथा की समाप्ति 14 अगस्त को हो रही है उन्होंने समागमों च आप जी ने परिवार भी नाल लैके आने क्योंकि जिहड़ा भोगदे समय भी हाजरी भर लवे उन्हूं सारी ही कथा का फल मिल जाता है। वाहे गुरु जी का खालसा वाहे गुरु जी की फतेह। वाहे गुरु जी का खालसा वाहे गुरु जी की फतेह।